एक कृष्ण का वर देखा मारा कैसे किस दिन हमारी जा रही देने लगा बहादुर गया सदा माधव के सुध कर हमारा कहा जाने बहुत चिल्ला तक बेड़ी उठे बैजा पुले मुशावरा बेड़ी उठे बैजा पुले मुशावरा गरीबी मेरे हाथ बोले जामड़ा मलाह मैं कृष्ण बोले जामड़ा मलाह मैं कृष्ण बोले संस्था दे मिशन दे तेरी किस की नाल है कृष्ण दे तेरी की सकीरी नाल है कृष्ण दे बाल विच रंग मास दाल बाल है वो दस दे बगीरा की दे बोल जाना है दस दे बगीरा की दे बोल जाना है वो वाल दे करे ना दो में कठे खर दे वाल दे करे ना दो में कठे खर दे कोड़े संधी बन दे रहे हैं पढ़ दे गोर पाई हमारे मोले दो में गोर पाई हमारे मोले वो जामड़ा मलाहा मैं कृष्ण बोले जामड़ा मलाहा मैं कृष्ण बोले ओ गिरे हो यार दे हलात दिस पे बदला समान दो में नैन फिस पे गाय में देखे चोला पराना वो दस दे बगीरा की दे बोल जाना दस दे फकीरा की दे बोल जाना है मोड़ता मोड़ता सी नक जी ने जरा संत दा द्वारका च रहिंदा है मुकंद नंद दा द्वारका च रहिंदा है मुकंद नंद दा किसने मेरा रेती मिया दे तोले है ओ जामना मला मैं किसन तोले है जामना मला मैं किसन तोले है तेनू किसे ने पकाउना फकरा द्वारका च तेनू ना थे आउना फकरा होया पैसा ने मोचाना है वो दस दे फकीरा की ने कोले जाना है दस दे फकीरा की ने कोले जाना है वो किसकी चलाउनी कम है मलाहागा किसकी चलाउनी कम है मलाहागा भाई वड्डा के जामड़ा मलाह मैं कृष्ण बोले जामड़ा मलाह मैं कृष्ण बोले नौका से उतर जाते लाया गया ला गया है पार नाले माया पा गया ला गया है पार नाले माया पा गया ਅਸੀਂ ਹੁਣ ਜਾ ਕੇ ਖਾਣਾ ਦਾਣਾ ਖਾਣਾ ਹੈ ਉਹ ਦੱਸ ਦੇ ਫਕੀਰਾ ਕਿਹਦੇ ਕੋਲੇ ਜਾਣਾ ਹੈ ਦੱਸ ਦੇ ਫਕੀਰਾ ਕਿਹਦੇ ਕੋਲੇ ਜਾਣਾ ਹੈ ਉਹ ਫਕੀਰਾ ਕਿਹਦੇ ਕੋਲੇ ਜਾਣਾ ਭਗਵਾਨ ਕਹਿੰਦੇ ਉਹ ਆਦਾ ਜਾਣਨਾ ਮਲਾਹਾ ਮੈਂ ਕ੍ਰਿਸ਼ਨ ਕੋਲੇ ਉਹ ਮਲਾਹਾ ਮੈਂ ਕ੍ਰਿਸ਼ਨ ਕੋਲੇ ਜਾਣਾ ਹੈ ਰਹਿੰਦਾ ਹੈ ਵਿੱਚ ਸੰਸਥਾ ਦੇ ਮਿਸ਼ਨ ਦੇ बड़िया सिफता सुनते हैं तेरे गल मूंगी कपड़े पाए वो कृष्ण तेन मिलू गल रंगना सजाया बाना दस दे फकीरा किहदे कोल जाना है पता दस दिने पढ़ते करे ना दोवें कट्ठे खड़ते कोले संधी बनते रहे हैं पढ़ते दोवें गुर भाई हमारे मोले बल पत्र कृष्ण मेरे गुर भाई है जान आहा मैं कृष्ण कोले उन्होंने को जाना उन्होंने को गिरे होए यार दे हालात दिस पे बकला स्नान दोवें नैन फिसते
सुदामे जी गुरू वेखी भगवान के नेत्र पिसपे गल विच देखिया चोलना दस दे फकीरा तेरे कोले जाना है ਉਹ ਆਦਾ ਮੋੜਦਾ ਸੀ ਨੱਕ ਜੀ ਨੇ ਜਰਾ ਸੰਗਦਾ ਸਦਾਮਾ ਕਹਿੰਦਾ ਉਹ ਦਵਾਰਕਾ ਚ ਰਹਿੰਦਾ ਹੈ ਮਕਦਨੰਦ ਜਿਸਨੇ ਵਿਆਹੀ ਇਸਤਰੀਆਂ ਦੇ ਟੋਲੇ ਜਿਸਨੇ 100,108 ਪ੍ਰਾਣੀਆਂ ਵਹਿਜਾਂ ਮੈਂ ਉਹਦੇ ਕੋਲ ਜਾਣਾ ਪਤਾ ਉਹਦੇ ਕੋਲੇ ਹਾਂ ਉਹ ਕਹਿ ਕੇ ਤੈਨੂੰ ਕਿਸੇ ਨੇ ਪੁਕਾਰਨਾ ਬੱਕਰਾ ਤੈਨੂੰ ਨਾ ਸਿਆਉਣਾ ਫਕਰਾ ਉਹ ਕਿਸ਼ਤੀ ਤੇ ਬੈਠਾ ਹੋਇਆ ਨਿੰਮੋ ਝਾੜਾ ਹੈ ਉਹ ਤਾਂ ਕਿਸੇ ਆਦਮੀ ਯਾਰ ਕਿਸ਼ਤੀ ਤੇ ਬੈਠਾ ਖਾਵਾ ਉਹ ਹੋਈ ਜਾਂਦਾ ਤੈਨੂੰ ਦਵਾਰਕਾ ਕਿਵੇਂ ਸਿਆਊ ਦੱਸੀ ਜਾਂਦੇ ਉਹਦਾ ਕਿਸੇ ਆਦਮੀ ਯਾਰ ਦੀ ਕਿਸ਼ਤੀ ਤੇ ਬੈਠਾ ਨਿੰਮੋ ਝਾੜਾ ਰੋਈ ਜਾਂਦਾ ਤੈਨੂੰ ਮਿਲਣਾ ਮੁਸ਼ਕਲ ਹੈ ਉਹ ਕਿਸ਼ਤੀ ਚਲਾਉਣੀ ਕੰਮ ਹੈ ਪਰਾਹ ਦਾ ਯਾਰ ਉਹ ਕਿਸ਼ਤੀਆਂ ਛੋਟੀਆਂ ਛੋਟੀਆਂ ਨਹੀਂ ਚਲਾਉਂਦਾ ਮੇਰਾ ਚੇਲਾ ਕਿਸ਼ਤੀ ਚਲਾਉਣੀ ਕੰਮ ਹੈ ਮਲਾਮ ਉਹ ਤਾਂ ਭਾਈ ਵੱਡਾ ਕੇਵਟ ਉਹ ਤਾਂ ਭਾਵ ਸਾਗਰ ਦਾ ਮਲਾਮ ਹੈ ਵੱਡਾ ਕੇਵਟ ਉੱਥੇ ਬੇੜੇ ਨੂੰ ਭਾਵ ਦੋਵੇਂ ਜਾਣਾ ਗਹਿਰੀ ਮਜ਼ਲ ਬੋਲੇ ਹੈ ਜਾਣਾ ਮਲਾਹਾ ਮੈਂ ਕ੍ਰਿਸ਼ਨ ਬੋਲੇ ਹੈ ਫਿਰ ਨੌਕਾ ਸਿਰ ਤੁਸੀਂ ਕਿਨਾਰਾ ਕਹਿੰਦੇ ਬਈ ਸਿੱਖਾ ਇਹ ਕਿਨਾਰਾ ਆ ਗਿਆ ਉਤਰ ਜਾ ਲਾ ਗਿਆ ਹੈ ਪਾਰ ਨਾਲੇ ਮਾਇਆ ਨਾਲੇ ਪਾਰ ਲਾਤਾ ਨਾਲੇ ਮਾਇਆ ਬਲਾ ਸੀ ਬਲਾ ਸੀ ਅਸੀਂ ਖਾਣਾ ਦਾਣਾ ਖਾਣਾ ਕੁਠਾਲੀ ਦੇ ਵਿੱਚ ਪਾ ਜਾਣਾ ਵੇਖੀਏ ਜੀ ਉਹਦੀ ਮੈਲ ਹੈ ਇਹਦੇ ਵਿੱਚ ਹੋਵੇ ਇਹ ਨਖਾਲ ਬਣਾਉਣਾ ਇਸਦਾ ਕਸਵੱਟੀ ਦੇ ਜੋ ਲੀਕ ਮਾਰੀ ਸੁਨਹਿਰੀ ਰੰਗ ਦੀ ਆਈ ਉਦੋਂ ਸਿਨਾਰਾ ਆਖਦਾ ਦਾ ਪੂਰਾ ਮਨ ਕਰਦਾ ਜੇ ਮਾਰੀ ਜੇ ਉਦੋਂ ਆਖਦਾ ਜੀ ਖੋਲਦਾ ਨਾਲੇ ਪਾਰ ਲਾ ਗਿਆ ਨਾਲੇ ਮਾਇਆ ਪਾ ਗਿਆ ਚਲਿਆ ਗਿਆ ਰਾਤ ਹਨੇਰੀ ਆ ਗਈ ਸਦਾਮਾ ਸਹਿਣ ਦੇਵੋ ਮੁਸਾਫਰ ਮੁਝੇ ਕਰਾਇਆ ਤੁਝਕੋ ਜਲਦੀ ਪਾਰ ਨਵਾਇਆ ਭਗਵਾਨ ਨੇ ਕਿਹਾ ਮੁਸਾਫਰ ਵੀ ਤੈਨੂੰ ਪਾਰ ਨਵਾਇਆ ਮੈਨੂੰ ਕਰਾਇਆ ਤਾਂ ਕਹਿੰਦੇ ਯਾਰ ਮੇਰੇ ਬਾਲ ਬੱਚੇ ਹੈ ਤਾਂ ਸਦਾਮਾ ਕਹਿੰਦਾ ਸੁਣ ਕੇ ਸ਼ਰਮ ਮਾਨ ਪਾ ਮਨ ਮੇਰੇ ਪਾਸ ਗਰੀਬੀ ਕਾ ਹੈ ਤਨ ਬਲਾ ਮੇਰੇ ਕੋਲ ਵੀ ਪਾਲਦਾ ਜੇ ਮੇਰੇ ਕੋਲ ਲੜਨੀ ਮੈਂ ਤਾਂ ਗਰੀਬੀ ਦਾ ਤਨ ਇਹ ਲੈ ਲੈ ਜਿਵੇਂ ਤੇਰੀ ਮਰਜ਼ੀ ਹੈ ਭਗਵਾਨ ਕਹਿੰਦੇ ਮੇਰੀ ਵਸਤੂ ਮੁਝੇ ਫੜਾ ਦੇ ਭਗਤਾ ਕਰੋ ਆ ਕੁਛ ਸੰਕਲਪ ਦੇ ਦੇ ਮੈਨੂੰ ਗਰੀਬੀ ਦਾ ਸੰਕਲਪ ਕਰਨਾ ਮਲਾਹਾ ਕਿਵੇਂ ਕੱਟੇਗਾ ਮੈਂ ਕੱਟੀ ਜਾਂਦਾ ਮੈਂ ਮੂਰੇ ਉਹ ਆਦਮ ਮੈਨੂੰ ਗਰੀਬੀ ਸੰਕਲਪ ਕਰ ਦੇਣਾ ਸੁਦਾਮੇ ਨੇ ਸੰਕਲਪ ਕੀਤਾ ਗਰੀਬੀ ਦਾ ਤਵਾਰ ਜਾ ਕੇ ਮਹਿਲਾਂ 'ਚ ਕਹਿੰਦੇ ਆ ਰਾਤ ਹਨੇਰੀ ਆ ਗਈ ਸੁਦਾਮਾ ਸਾਇੰਸ ਕਰਦਾ ਵੀ ਮੇਰਾ ਯਾਰ ਪਾਲੇ 'ਚ ਕਿਵੇਂ ਬਚੂ ਉਹ ਮੇਰੀ ਯੋਗ ਮਾਇਆ ਸੱਤਿਆ ਭਗਵਾਨ ਹਾਂ ਹਾਂ ਯੋਗ ਮਾਇਆ ਹੀ ਬਚਦੀ ਹੈ ਸਾਰੀ ਸ੍ਰਿਸ਼ਟੀ ਯੋਗ ਮਾਇਆ ਨੇ ਮਥਾ ਵ੍ਰਿੰਦਾਵਨ ਗੋਕੁਲ ਵਿੱਚ ਭਗਵਾਨ ਨੇ ਕਿਹਾ ਕਿ ਮੇਰੀ ਯੋਗ ਮਾਇਆ ਮੈਂ ਮਹਾਰਾਸ਼ਟਰ ਨੂੰ ਵੱਡੀ ਤੇ ਜਿਤਨੇ ਇਹ ਸਾਡੇ ਬੁੜੇ ਲੈ ਜਿਤਨੇ ਕਿੰਨਾ ਗੋਪੀਆਂ ਆਈਆਂ ਜਿਹਨਾਂ ਬੰਦਿਆਂ ਦੀ ਉਹ ਸਾਰੇ ਇਸੇ ਸਵਾਦੇ ਇੱਕ ਵਰਮਾ ਦੀ ਰਾਤ ਰੋਕਣੀ ਹੈ ਮੈਂ ਵਰਮਾ ਦੀ ਰਾਤ ਕੀ ਹੁੰਦਾ ਹੈ ਇੰਦਰ ਦੇ ਇੱਕ ਦਿਨ ਵਿਧੀ ਚਾਰ ਦਿਨ ਬਦਲ ਜਾਂਦੇ ਤੇ ਵਰਮਾ ਦੇ ਕੁਦਰਤੀ 14 ਮਨੂ ਮੰਤਰ ਬਦਲ ਜਾਂਦੇ ਨੇ 14 ਇੰਦਰ ਹੋ ਕੇ ਚਲੇ 14 ਇੰਦਰੀ ਰਾਤ ਦੇ ਚਲੇ ਜਾਂਦੇ ਨੇ ਹੋ ਹੋ ਕੇ ਐਡੀ ਐਨਾ ਸਮਾਂ ਰੁਕਣਾ ਲਗਾਉਣਾ ਕਿਸੇ ਨੂੰ ਪਤਾ ਨਹੀਂ ਕਰਨ ਦੇਣਾ ਯੋਗ ਮਾਇਆ ਨੂੰ ਸਭ ਜਾ ਕੇ ਐਸੇ ਸੁਆਏ ਭਗਵਾਨ ਨੇ ਮਹਾਰਾਸ ਕਰੀ 3,32,32,000 ਬੰਦਾ ਹੈ ਨਹੀਂ ਉਹ ਸੁੱਤਾ ਪਿਆ ਥੱਕਿਆ ਹੋਇਆ ਉਹਦਾ ਸਿਰ ਫੜ ਕੇ ਦਵਾਰਪਾਲ ਉਠਾਉਂਦੇ ਹੋ ਭਾਈ ਕੌਣ ਆ ਸਾਡੇ ਜਵਾਬ ਕਰਦੇ ਹੈ ਤੇਰੇ ਕੋਲ ਗਰੀਬ ਦੀਆਂ ਚੀਜ਼ਾਂ ਬਣੀਆਂ ਕਿਤੇ ਤੂੰ ਸਹਿਸੀਆਂ ਦੇ ਨਾਲ ਕਰਦਾ ਨਹੀਂ ਕਿਤੇ ਬਾਹਰ ਯਾਰ ਮੋਟੀ ਲਾ ਕੇ ਸਾਡੇ ਠੱਗੀ ਨਾ ਮਾਰਦੀ ਦਵਾਰਪਾਲ ਆ ਕੇ ਸੁਧਾਮੇ ਨੂੰ ਤੜਕੇ ਜਗਾਉਂਦੇ ਆ ਦੇਖਾਂ ਭਲਾ ਕੈਸੇ ਮਾਇਆ ਕ੍ਰਿਸ਼ਨ ਭਗਵਾਨ ਕੈਸੀ
ਸੱਤੇ ਨੂੰ ਜਗਾਉਂਦੇ ਐ ਭਾਈ ਕੌਣ ਹੈ ਤੂੰ ਮੁਖ ਸੇ ਬਲਾਉਂਦੇ ਐ ਹੋ ਕੇ ਪਿੱਛੇ ਸਿਰ ਫੜ ਕੇ ਉਠਾਉਂਦੇ ਐ ਤੇਰੇ ਉੱਤੇ ਭਾਈ ਆਲਿਸ਼ ਕੋਈ ਨਸ਼ਾ ਗਿਆ ਯਾਰਾ ਸੂਰਤ ਸੰਭਾਲ ਦੇਨ ਕਿੱਡਾ ਆ ਗਿਆ ਮਦਾਰੀਆਂ ਮੱਥੇ ਵਿੱਚ ਤੈਨ ਖੀਰਾ ਤਿੰਨ ਮਾਰੀਆਂ ਕਿਵੇਂ ਧੋਤੀ ਦੀਆਂ ਲੜਫਾਂ ਖਲਾਰੀਆਂ ਦੀਦਾ ਯੋਗੀਆਂ ਸਮਾਨ ਤੇਰਾ ਹਾਲ ਮਿੱਤਰਾ ਜਰਾ ਉੱਠ ਖੜ ਸੂਰਤ ਸੰਭਾਲ ਮਿੱਤਰਾ ਮਾਰ ਜਾਈ ਨਾ ਕਿਸੇ ਦੇ ਨਾਲ ਠੱਗੀ ਤੂੰ ਗਲ ਵਿੱਚ ਹੈ ਸਜਾਈ ਰੰਗੀ ਚੱਗੀ ਤੂੰ ਮਾਲਾ ਮੋਰਚੇ ਦੇ ਵਿੱਚ ਪਾਈ ਬੱਗੀ ਤੂੰ ਤੇਰੇ ਜੈਸੇ ਨਹੀਂ ਦੇਖੀ ਤੇ ਰਾਮ ਜਪਰੇ ਪੈ ਮਾਰ ਕੇ ਤੂੰ ਕੁੰਡਲੀ ਸਮਾਨ ਸਪਰੇ ਹੋਏ ਕਲਜੀ ਤੂੰ ਸਾਡੇ ਕੋਲੇ ਸੋਟੀ ਐ ਕਲਜੀ ਤੂੰ ਸਾਡੇ ਕੋਲੇ ਸੋਟੀ ਐ ਤੇਰੀ ਹੋਣੀ ਨਾਲ ਸੈਂਸੀਆਂ ਦੇ ਜੋਤੀ ਐ ਬਾਹਰ ਆ ਗਿਆ ਕਿਤੇ ਲਾਗੇ ਤੇ ਤਮੋਟੀ ਐ ਸਾਡੀ ਜੂਜ ਤਾਂ ਨੀ ਜੀਵਨ ਨੂੰ ਸਤਾਇਆ ਪਿਆਰਿਆ ਐਵੇਂ ਉੱਤੋਂ ਉੱਤੋਂ ਭੇਸ ਬਦਲਾਇਆ ਪਿਆਰਿਆ ਫੁੱਕ ਕੇ ਦਿਮਾਗ ਹੋਇਆ ਪੀ ਗਿਆ ਤੇਰੀ ਕਿਰੇ ਆਸਮਾਨ ਹੈ ਗਲੀ ਗਿਆ ਅੰਨ ਕਰੜੇ ਸਮਾਨ ਤੇਰੇ ਡੀ ਗਿਆ ਪਾਣੀ ਦੀ ਵਦਾਹ ਵਿੱਚ ਤੂੰ ਜਨਾਲ ਕੱਪੇ ਪੈ ਜਾ ਮਾਰ ਕੇ ਤੂੰ ਕੁੰਡਲੀ ਸਮਾਨ ਕੱਪੇ ਉਹ ਗਲ ਵਿੱਚ ਹੈ ਸਜਾਇਆ ਤੇਰੇ ਸੂਸਾ ਜਾ ਸਾਨੂੰ ਲੱਗੇ ਅਨਸਾਨ ਲਾਵਾਂ ਲੂਤਾ ਜਾ ਅੱਖਾਂ ਮੀਚ ਦੈ ਤੇ ਜਾਗ ਦੈ ਕਸੂਤਾ ਜਾ ਡੋਰੀ ਰੱਖੀ ਹੇਠ ਅਸੀਸ ਦੇ ਸਰਾਣਾ ਲਾ ਕੇ ਤੇ ਉੱਠ ਜਾਈ ਨਾ ਦੁਆਰ ਕੱਚ ਪੁਆੜਾ ਪਾ ਕੇ ਤੇ ਹਵਾ ਦੇ ਗੰਨਾਂ ਦੇ ਸਿਰ ਹਿੱਲੇ ਆ ਜਦੋਂ ਕਾਫੀਆਂ ਨਾ ਕਾਫੀਆਂ ਮਿਲੇ ਆ ਬੈਠ ਜਾਣ ਦੇ ਮਸਤ ਵਿੱਚ ਦਿਲ ਦਿਨੇ ਰਾਤੀ ਸ਼ਹਿਰ ਰਹਿੰਦੇ ਕੰਮ ਤਾਜ ਕੱਪੇ ਪੈ ਗਿਆ ਮਾਰ ਕੇ ਤੂੰ ਕੁੰਡਲੀ ਸਮਾਨ ਸਾਪਰੇ ਸਿਰ ਸਾਹਿਬ ਉਠਾਉਂਦੇ ਆ ਭਾਈ ਕੌਣ ਹੈ ਤੇਰੇ ਦੇ ਕਿਉਂ ਨਾਲ ਛਾਇਆ ਸਾਡੇ ਜਵਾਕ ਡਰਦੇ ਉਹ ਛਲ ਕੀਤਾ ਤਾਂ ਨੀ ਵਾਂਗ ਮਦਾਰੀਆਂ ਮੱਥੇ ਵਿੱਚ ਤੈ ਲਖੀਰਾ ਤਿੰਨ ਮਾਰੀਆਂ ਯਾਰ ਤੂੰ ਮਦਾਰੀ ਦੀ ਤਰ੍ਹਾਂ ਛਲ ਕੀਤਾ ਨੀ ਸਾਡੀ ਛਲ ਕਰ ਮਾਰ ਦਵਾ ਕੇ ਆ ਗਿਆ ਤੇਰੇ ਮੱਥੇ 'ਚ ਲਖੀਰਾ ਤਿੰਨ ਲਾ ਲਈਆਂ ਚਲ ਪੁਣ ਚਿਲਕਾਰਾ ਤਿੰਨਾਂ ਡੰਡਿਆ ਛਲ ਕੀਤਾ ਕਾਣੀ ਵਾਂਗ ਮਦਾਰੀਆਂ ਮੱਥੇ ਵਿੱਚ ਤੈ ਲਖੀਰਾ ਤਿੰਨ ਮਾਰੀਆਂ ਕਿਵੇਂ ਧੋਤੀ ਦੀਆਂ ਲੜਫਾਂ ਖਲਾਰੀਆਂ ਤੇਰੀ ਧੋਤੀ ਦੀਆਂ ਲੜਫਾਂ ਖਿਲਰੀਆਂ ਪਈਆਂ ਦੀਦਾ ਜੋਗੀਆਂ ਸਮਾਨ ਤੇਰਾ ਹਾਲ ਦਿਖਲਾ ਜਾਣਾ ਉੱਠ ਕੜ ਸੁਰਤ ਸਮਾਨ ਮਿਤਰਾ ਜਣ ਬਹੁਤ ਵੱਡਾ ਗਿਆ ਉੱਠ ਕੜ ਮਾਰ ਜਾਈਦਾ ਕਿਸੇ ਦੇ ਨਾਲ ਠੱਗੀ ਤੂੰ ਗਲ ਵਿੱਚ ਹੈ ਸਜਾਈ ਰੰਗੀ ਝੱਗੀ ਤੂੰ ਉਹ ਮਾਲਾ ਮੋਰਚੇ ਦੇ ਵਿੱਚ ਪਾਈ ਬੱਗੀ ਤੂੰ ਤੇਰੇ ਜੈਸੇ ਨਹੀਂ ਦੇਖੇ ਕਿਤੇ ਰਾਮ ਜਪਦੇ ਪੈ ਗਿਆ ਮਾਰ ਕੇ ਤੂੰ ਕੁੰਡਲੀ ਸਮਾਨ ਇਕੱਠਾ ਕੇ ਪੈ ਤੋਪਾਲਾ ਲੱਗਦਾ ਜੀਦਾ ਉੱਤੇ ਛੋਟਾ ਜਿਹਾ ਅਣਘੜ ਜੀ ਤੁਸਾਂ ਦੇ ਕੋਲ ਸੋਚੀ ਹੈ ਤੇਰੀ ਹੋਣੀ ਨਾਲ ਸੈਂਸੀਆਂ ਦੇ ਜੋਤੀ ਹੈ ਤੂੰ ਯਾਰ ਜਿਹੜਾ ਸੈਂਸੀ ਘਮੀਲੇ ਕਿਹੜੇ ਉਹਨਾਂ ਦੇ ਨਾਲ ਦਾ ਤਾਂ ਨਹੀਂ ਆ ਗਿਆ ਬਾਹਰ ਕਿਤੇ ਲਾ ਕੇ ਤੇ ਤਮੋਟੀ ਹੈ ਸਾਡੀ ਜੂਝ ਤਾਂ ਨਹੀਂ ਜੀਵਾਂ ਨੂੰ ਸਤਾਇਆ ਪਿਆ ਰਿਹਾ ਕੋਈ ਜਨੌਲ ਤਾਂ ਨਹੀਂ ਮਾਰੀ ਸਾਡੀ ਜੀ ਐਵੇਂ ਉੱਤੋਂ ਉੱਤੋਂ ਭੇਸ ਬਦਲਾਇਆ ਪਿਆ ਰਿਹਾ ਉਹ ਲੱਤਾਂ ਸੁੱਕ ਕੇ ਤੇ ਹੋਈਆਂ ਵਾਂਗ ਪੀਲਿਆਂ ਦੇ ਤੇਰੀ ਕਿਰਿਆ ਸਮਾਨ ਹੈ ਗੰਭੀਲਿਆਂ ਦੇ ਆਨੇ ਕਰਨੇ ਸਮਾਨ ਤੇਰੇ ਬੀਲਿਆਂ ਦੇ ਪਾਣੀ ਪੀਣ ਦਾ ਹੈ ਵਿੱਚ ਤੂੰ ਜੰਗਾ ਤੇ ਕੱਪ ਦੇ ਪੈ ਗਿਆ ਮਾਰ ਕੇ ਤੂੰ ਟੁੰਡੜੀ ਸਮਾਨ ਸੱਪ ਦੇ ਗਲ ਵਿੱਚ ਹੈ ਸਜਾਇਆ ਤੇਰੇ ਸੂਤਾ ਜਾ ਸੂਤਾ ਨਾਲ ਜਨੇਊ ਪਾਇਆ ਨਾ ਬ੍ਰਾਹਮਣ ਉਹ ਆਦੇ ਵਾਰ ਵਾਰ ਗਲ ਵਿੱਚ ਹੈ ਸਜਾਇਆ ਤੇਰੇ ਸੂਤਾ ਜਾ ਸਾਨੂੰ ਲੱਗੇ ਇਨਸਾਨ ਲਾਵਾਂ ਲੂਤਾ ਜਾ ਉਹ ਅੱਖਾਂ ਬੀਜਦਾ ਤੇ ਝਾਲ ਗਿਆ ਸੂਤਾ ਜਾ ਡੋਲੀ ਰੱਖੀ ਹੇਠਾਂ ਸੀਸ ਦੇ ਸਰਾਣਾ ਨਾਲ ਤੇ ਗੜੀ ਵਿੱਚ ਡੋਲੀ ਆ ਉੱਠ ਜਾਈ ਨਾ ਦੁਆਰ ਕੰਜ ਪਾ ਕੇ ਜਦੋਂ ਕਾਫੀਆਂ ਨਾ ਕਾਫੀ ਮਿਲਦੇ
बैठ जाते मस्त विच दिल दे जो काफिया काफिया की मिलाप होती है फिर कविता का रस आता है कौन है यार तू उठ के खड़ा हो अखां पट के झाकदा सामने जाना ओ केड़े लग्यो भाई ठौल मैनू रौला पाल दियो भाई हाथ है वे वे इस जगह पर दिंदे नहीं सौण मैनू कौन है यार तुसीं रौला पाल इह जगह से मैनू सौण दिंदे मैं तपया सी नदी दे घाट उत्ते इत्थे चक के लियाया है कौन मैनू मैं तां नदी दे घाट ते पिया सी मैनू इत्थे कौन चक के लियाया ओ शाम सुंदर है असां दा यार भाई थोनू मारूंगा लगे पड़काउण मैनू शाम सुंदर दा ये पास भाई साहब तेरा शाम सुंदर यार है थोनू वो मारू किथे वसदा है ओदी पुरी दसो किरदा पालदा फिराना थियाउण मैनू पूछदा मेरा यार किथे वसदा है ओदी पुरी दसो मैं किरदा पालदा फिराना मेरी सुरत टिकाने ना पीर चंगा का तो मैं भुल के डरा मैं पागल हो गया पाया यार नहीं पालता तुम मैं क्यों डराने पहला मैंने दसो उठ के खड़ा हो गया मैं सुता है कि मैं जागदा ऐसी चौंकी लागी गरीबी भी उन्हें द्वार पाला सदामा कहना है और मैं सुता है कि जागदा है फादे मूर्ख तू जो गल करिए मैं तू जागदा ही और तू सुता है सुते गल कर लूंगा और मैं कोई पता नहीं मैं सुता के जागदा अच्छा भी जे मैं जागदा है यार मैं द्वार का दसो किथे है उत्थे मेरा यार है तो द्वार पाल दसदे मूर्ख चार छमेरे निगाह मार जिथे तू बैठा है ये द्वार का ही है फिर तो मेरा यार मिलू और मिलना मुश्किल है द्वार पाल कह गिरदारी रहा उस शीशिया के मुताबिक ओले तो चार छपेरे खट्टे वासलां दीआं झालरां लगियां खजानिआं दे विच बड़े बड़े डाले पए है ते बड़े बड़े राजकुमार उहदे कोले आउंदे है सत जुड़ियां भाई साहब जी परले पासे है सत उरले पासे है ऐसा हाल कमरा कंच दा बणिआ उहदे च रहिंदा कि सुधामे नूं द्वारपाल दसदे आ देखा भला कैसे दसदे आ द्वारपाल कहणे लगे निगाह मेरे महारा यही पूरी द्वार का ए कृष्ण दा तारा पीली ठूठिया च खोल के द्वारका च बैठे देख अखां खोल के विकास चढ़े आसमान गिरदारी रहता शीशा दे मकान पीछे लगी है सनेरी चल मसान में गिरदारी रहता शीशा दे मकान में गरीबे उत्ते सी पहाड़ चकिया वर्षा भरा के सी अंदर थकिया तेरे वर्गिया नहीं पारे होगी
ਕਾਨ ਮੇ ਉਹ ਐਵੇਂ ਗੰਦੀ ਮੰਦੀ ਨਾ ਸਟੋਰੀ ਥੋਰੀ ਦੀ ਆਉਂਦੀ ਐ ਲੱਜ ਤੇ ਇਹੋ ਜੀ ਸਟੋਰੀ ਦੀ ਗਿਰਦਾਰੀ ਰਹਿੰਦਾ ਸੀਸਿਆਂ ਦੇ ਮਕਾਨ ਮੇ ਗਿਰਦਾਰੀ ਜਿਸਨੇ ਗੋਵਾਤਮ ਪਰਵਤ ਸਤਨ ਵਾਸਤੇ ਉਂਗਲੀ ਤੇ ਚੱਕਿਆ ਉਹ ਤੈਨੂੰ ਕਿਵੇਂ ਮਿਲੂ ਸੱਤਾਂ ਬੀਬੀਆਂ ਦੇ ਦੋ ਦੁਆਰ ਪਾਲ ਆਇਆ ਤੇਰੇ ਮਿਲਣੇ ਦਾ ਗਲਤ ਖਿਆਲ ਆਇਆ ਆਸੇ ਪਾਸੇ ਹੋਰ 92-94 ਅਸੀਂ ਤਾਂ ਤੇਰੇ ਕੋਲ ਥੋੜੇ ਹੀ ਆਏ ਹਾਂ ਗਾਂ ਜਿਹੜੀਆਂ ਸੱਤ ਜੋੜੀਆਂ ਦੋ ਬੱਦਲ ਵਰਖਾ ਪਾ ਕੇ ਹੰਭ ਗਈ ਤਿੰਨੇ ਕੁੜੀਆਂ ਰਾਹ ਕਰ ਗਈਆਂ ਗੋਕਲ ਵਰਿੰਦਾਵਨ ਮਾਸਾ ਪਰਲੋਂ ਦੇ ਬੱਦਲ ਖਾਲੀ ਹੋ ਗਏ ਚਲੇ ਗਏ ਇੰਨੇ ਚਿਰ ਪਿੱਛੋਂ ਪਛਾਣਦਾ ਨਹੀਂ ਤੇਰੇ ਵਰਗਿਆਂ ਨੂੰ ਸਿਆਣਦਾ ਨਹੀਂ ਇੰਨੇ ਚਿਰ ਪਿੱਛੋਂ ਭਾਈ ਸਾਹਿਬ ਜੀ ਉਹ ਨਹੀਂ ਸਿਆਣਦਾ ਚਲਿਆ ਜਾ ਦੱਸਦਾ ਇਸ ਦੀ ਬਾਤ ਕਹਿ ਕੇ ਦੁਆਰ ਪਰ ਚਲੇ ਗਏ ਫਿਰਦਾ ਹੈ ਭਾਲਦਾ ਨਾ ਸਿਆਮ ਦਾ ਦੁਆਰ ਕਾਮੇ ਰਾਹ ਦੇ ਸ਼ਾਮ ਲਿਖਿਆ ਦੁਆਰ ਕਈ ਦਿਨ ਹੋ ਗਏ ਰੁੜਦਾ ਫਿਰਦਾ ਕੋਈ ਨਹੀਂ ਦੱਸਦਾ ਵੀ ਕ੍ਰਿਸ਼ਨ ਕਿੱਥੇ ਰਾਹ ਦੇ ਸ਼ਾਮ ਲਿਖਿਆ ਦੁਆਰਾਂ ਨੂੰ ਮਹਾਮੰਤਰ ਰਾਧੇ ਨਾ ਸਰੂਪ ਸ਼ਕਤੀ ਦਾ ਭਗਤੀ ਦਾ ਰਾਧੇ ਸ਼ਾਮ ਲਿਖਿਆ ਦੁਆਰਾਂ ਕੰਧਾਂ ਤੇ ਉਸਦਾ ਜਲੂਸ ਦੇ ਤਾੜੀਆਂ ਵਜਾਉਣ ਲੋਕ ਨਰ ਨਾਰੀ ਖੜ ਗਏ ਤਮਾਮ ਆ ਕੇ ਬਾਰਾਂ ਉਹਦਾ ਜਲੂਸ ਦੇਖ ਕੇ ਨਰ ਨਾਰੀ ਬਾਹਰ ਖੜ ਗਏ ਯਾਰ ਜਾਂ ਕਦਾਰ ਕਿਤੇ ਕੰਦਰਾ ਵੇਖਿਆ ਹੀ ਨਹੀਂ ਦੁਆਰਕਾ ਚ ਬੜੀਆਂ ਬੜੇ ਕਦਾਰ ਆਏ ਇਹਨੂੰ ਬੜੇ ਸ਼ਰਮਾਦਾਰ ਭਗਵਾਨ ਦੀ ਪੀੜੀ ਹੈ ਉਹ ਸਦਾਮਾ ਹੀ ਹੋਵੇ ਉੱਥੇ ਜਾਵੇ ਤਾਂ ਲੋਕ ਉਹਨੂੰ ਕਿੱਥੇ ਮਿਲਣ ਉਹਦਾ ਜਲੂਸ ਦੇਖ ਤਾੜੀਆਂ ਵਜਾਉਣ ਲੋਕ ਨਰ ਨਾਰੀ ਖੜ ਗਏ ਤਮਾਮ ਆ ਕੇ ਬਾਰਾਂ ਨੇ ਦੇਖੋ ਘਨ ਸ਼ਾਮ ਨੇ ਬਣਾਇਆ ਹੈ ਮਿੱਤਰ ਕੈਸਾ ਫਰਨ ਫਰਨ ਹਵਾ ਪੈਂਦੀ ਹੈ ਲੰਗਾਰਾ ਕਈ ਯਾਦ ਵੀ ਹੈ ਇਹਨੂੰ ਦੱਸਦੇ ਹੈ ਇਹ ਕ੍ਰਿਸ਼ਨ ਦਾ ਕੋਈ ਮਿੱਤਰ ਹੈ ਇਹਦੇ ਅੱਗੇ ਭਰਾਵਾਂ ਸਣੀ ਹਵਾ ਪੈਂਦੀ ਹੈ ਹਾਲ ਕਮਰੇ ਚੋਂ ਨਵੇਂ ਆਏ ਨੇ ਦੁਆਰਪਾਲ ਕਈ ਦਿਨ ਹੋ ਗਏ ਠੇਡੇ ਖਾਣ ਦਾ ਬਾਜ਼ਾਰ ਕਈ ਦਿਨ ਦੁਆਰਪਾਲ ਚ ਰੁੱਕਦਾ ਰਿਹਾ ਫਿਰ ਨਵੇਂ ਦੁਆਰਪਾਲ ਕੋਈ ਆਏ ਉਹ ਪੁੱਛਦੇ ਹੈ ਦੁਆਰਪਾਲ ਕਹਿਣੇ ਲੱਗੇ ਫਿਰਦਾ ਡਾਂਗਾ ਡੋਲ ਕਿਸ ਨੂੰ ਤੂੰ ਹੈ ਭਾਲਦਾ ਉਹ ਬਾਤ ਸੁਣਾ ਦੇ ਕੋਲ ਭਾਈ ਸਾਹਿਬ ਜੀ ਤੈਨੂੰ ਕਈ ਵਾਰੀ ਸੀ ਉਧਰਲੇ ਪਾਸੇ ਫਿਰਦਾ ਵੇਖਿਆ ਤੂੰ ਕੌਣ ਹੈ ਕਿਉਂ ਭਾਲਦਾ ਹੈ ਤੇਰੇ ਨਾਲ ਕੁੱਤੇ ਭੌਂਕਦੇ ਫਿਰਦੇ ਹੈ ਪਾਲਾ ਮਾਸ ਨੂੰ ਕੀ ਦੱਸਾਂ ਉਹ ਆਹਦੇ ਦਾਸੀ ਦੇ ਹੋਣ ਉਹ ਆਹਦਾ ਬਹਿ ਕੇ ਅੱਖਾਂ ਮੀਚ ਕੇ ਲੈ ਲੈਂਦਾ ਸਾਰਾ ਕ੍ਰਿਸ਼ਨ ਚੰਦਰ ਇੱਥੇ ਮੇਰਾ ਯਾਰ ਹੈ ਸੁੰਦਰਾ ਦੇ ਵਿੱਚ ਉਸਨੇ ਵਿਆਹੀਆਂ ਹੈ ਮੇਰੀਆਂ ਵੀ ਇੱਥੇ 8 ਭਰਜਾਈਆਂ ਕਰਾਂ ਕੀ ਸਿਰਫ ਕਸ਼ਮੀਰੀ ਕੋਲਾ ਇੱਕ ਸੌਂਦੇ ਹੋਰ ਵੀ 1000 ਸੋਲਾਂ ਭੂਮਾ ਸੁਪੋਲੋਂ ਲੜਕੇ ਛਡਾਈਆਂ ਹੈ ਮੇਰੀਆਂ ਵੀ ਇੱਥੇ 8 ਭਰਜਾਈਆਂ ਉਹ ਬਹਿ ਗਿਆ ਯਾਰ ਯਾਰ ਨੂੰ ਨਸਾਰ ਕੇ ਕਰਦੇ ਮਖੌਲ ਲੋਕ ਠੇਡੇ ਮਾਰ ਕੇ ਗਲੀ ਗਲੀ ਵਿੱਚ ਹਾਂਸੀਆਂ ਕਰਾਈਆਂ ਹੈ ਮੇਰੀਆਂ ਵੀ ਇੱਥੇ 8 ਭਰਜਾਈਆਂ ਹੈ ਭਾਲਿਆ ਸਿਉਂਦਾ ਨਹੀਂ ਬਦਲ ਤੌਰ ਗਏ ਮੇਰੇ ਭੁੱਜੇ ਪੈਂਦੇ ਦੇ ਕੁੱਚਲ ਮੌਰ ਪੈ ਗਏ ਸੌਂ ਗਿਆ ਵਿਛਾ ਕੇ ਦਰੀਆਂ ਚਲਾਈਆਂ ਆਪਦਾ ਦਰੀਆਂ ਚਲਾਈਆਂ ਤੇ ਮੇਰੇ ਤਾਂ ਮੌਰ ਉੱਚਲ ਗਏ ਪਿਛਲੀ ਦੇ ਪੈਂਦੇ ਦੇ ਮੈਨੂੰ ਇਹ ਸਿਉਂਦਾ ਨਹੀਂ ਪਹਿਲਾਂ ਘਰੇ ਢੁੱਕਿਆ ਬਿਰਸ਼ ਭਾਲਨੇ ਦੇ ਰਾਤ ਤਾਂ ਵਿਆਹੀ ਵਿੱਚ ਬਰਸ਼ਾਨੇ ਦੇ ਗਾਈਆਂ 4 ਦਿਨ ਮਿਲਸਾ ਸਿਖਾਈਆਂ ਹੈ ਮੇਰੀਆਂ ਵੀ ਇੱਥੇ 8 ਭਰਜਾਈਆਂ ਹੈ ਚਿਤਰਾ ਤੇ ਲੰਕਾ ਹੈ ਚੰਦਰਾਵਲੀ ਸ਼ਾਮ ਤੋਂ ਬਗੈਰਾ ਪਰ ਰਹਿੰਦੀ ਨਿਕਲੀ ਰੋਹੀ ਵਿੱਚ ਸੱਦ ਕੇ ਤਿੰਨੇ ਨਚਾਈਆਂ ਹੈ ਮੇਰੀਆਂ ਵੀ ਇੱਥੇ 8 ਭਰਜਾਈਆਂ ਹੈ ਉਹ ਅਗਨੀ ਨੇ ਅੰਦਰੋਂ ਤਫਾਤਾ ਪਿੰਜਰਾ ਭੁੱਖ ਦੀ ਬਿਮਾਰੀ ਨੇ ਸਤਾਤਾ ਪਿੰਜਰਾ ਤੀਮੀਆਂ ਤੋਂ ਖਾਂਦਾ ਬੈਠ ਕੇ ਮਠਿਆਈਆਂ ਹੈ ਮੇਰੀਆਂ ਵੀ ਇੱਥੇ 8 ਭਰਜਾਈਆਂ ਹੈ ਦੇ ਦਿਓ ਸੁਨੇਹਾ ਮੇਰਾ ਜਾ ਕੇ ਜਲਦੀ ਦਿਲ ਚ ਵਿਛੋੜੇ ਦੀ ਅਗਨ ਬਲਦੀ ਉਹ ਨਹੀਂ ਤੇਰਾ ਯਾਰ ਕਰਦੀ ਚੜਾਈਆਂ ਬਸ ਅਗੀ ਇੱਥੇ ਮਸਾ ਆ ਖੜਾ ਮੈਨੂੰ ਉਹ ਸੌਂਦਾ ਜੇ ਤੁਸੀਂ ਉਹਦੇ ਕੋਲ ਰਹਿਣ ਵਾਲੇ ਆ ਉਹਦਾ ਵੀ ਹੈ ਤਾਂ ਅਸੀਂ ਉਹਦੇ ਕੋਲ ਜਾ ਸੁਨੇਹਾ ਦੇ ਵੀ ਇੱਕ ਸਦਾਮਾ ਨਾਮ ਦਾ ਬ੍ਰਾਹਮਣ ਤੇਰਾ ਗੁਰ ਭਾਈ ਰੋਜ਼ਦਾ ਫਿਰਦਾ ਤੇ ਅਖੀਰ ਤੇ ਆਇਆ ਖੜਾ ਇੱਕ ਦੋਵਾਂ ਜੇ ਤੂੰ ਨਾਮ ਲਿਆ ਮਰ ਚੁੱਕਾ ਆ ਕੇ ਨੌਕਰਾਂ ਨੇ
ਕ੍ਰਿਸ਼ਨ ਜਵਾਬ ਦਿੱਤਾ, ਤੇਰਾ ਤੇਰਾ ਜਿਹੜਾ ਭਾਈ ਯਾਰ ਆ ਉਹ ਦੁਆਰਕਾ ਚ ਰੁੜਦਾ ਫਿਰਦਾ, ਉਹੀ ਕਿਉਂ ਉਹੀ ਲਿਬਾਸ ਪਾਇਆ ਤੇ ਉਹ ਦੁਆਰਕਾ ਚ ਬਹੁਤ ਲੋਕ ਰੁੜਦੇ ਫਿਰਦੇ ਨੇ। ਦਾੜੀ ਮੁੱਛ ਮੁੰਨੀ ਵੀ ਚੁੰਨੀ ਵੀ ਚੁੰਨੀ ਕੱਚ ਵਿੱਚ ਰਾਤ ਤਾਂ ਸਮੇਤ ਕਹਿੰਦੇ ਭਰਜਾਈਆਂ ਮੇਰੀ, ਉਹਦੀ ਅੱਗੇ ਦਾੜੀ ਮੁੰਨੀ ਹੈ ਇੱਕ ਚੁੰਨੀ ਜੀ ਅੱਗੇ ਕੱਚ ਦੇ ਵਿੱਚ ਲਈ ਫਿਰਦਾ, ਉਹ ਇਹ ਗੱਲਾਂ ਦਾ ਮਾਰਾ ਕਿ ਮੇਰੀਆਂ ਰਾਤ ਤਾਂ ਸਵੇਤ ਭਰਜਾਈਆਂ ਲੱਗਦੀਆਂ, ਮੇਰਾ ਗੁਰ ਭਾਈ ਇੱਕੋ ਪੜ੍ਹਿਆ ਪੰਡਿਤ ਕੋਲੋਂ ਬੈਠ ਕੇ ਪ੍ਰੇਮ ਨਾਲ ਸੁਣਾਉਂਦਾ ਗੱਲਾਂ ਤੇਰੀ, ਇਹ ਵੀ ਕਹਿੰਦਾ ਮੈਂ ਇੱਕ ਪੰਡਿਤ ਕੋਲੋਂ ਮੈਂ ਤੇ ਕ੍ਰਿਸ਼ਨ ਪੜ੍ਹਿਆ ਮੇਰਾ ਗੁਰ ਭਾਈ ਹੈ। ਉਹ ਸੁਦਾਮਾ ਭਗਵਾਨ ਕਹਿੰਦੇ ਮਾੜਾ ਸੁਦਾਮਾ ਬਤਾਉਂਦਾ ਆਪਣਾ ਨਾਮ, ਓ ਮੇਰਾ ਵੱਡਾ ਗੁਰਭਾਈ ਇੱਕ ਬ੍ਰਾਹਮਣ ਪੂਜਣ ਦੇ ਲਾਇਕ, ਇਹਦੇ ਕੋਲ ਪੂਰੇ ਸੁਦਾਮੇ ਦੀ ਅਤੇ ਕ੍ਰਿਸ਼ਨ ਦੀ ਫੋਟੋ ਤਾਂ ਚੁਬਾਰੇ 'ਚ ਬਣੀ ਹੈ ਸ਼ਮਸ਼ਾਨ ਫੋਨ ਕਰਨ, ਉਹ ਕਿਸੇ ਨੇ ਐਸੀ ਫੋਟੋ ਲਾਈ ਹੈ। ਭਗਵਾਨ ਆਸੂਆਂ ਨਾਲ ਗੇਰ ਗੇਰ ਕੇ ਸੁਦਾਮੇ ਦੀ ਚਰਨਾਮ ਦਿੰਦੇ ਆ, ਤਾਂ ਉੱਥੋਂ ਭੱਜਦਾ ਜੱਫੀ ਪਾਉਂਦਾ ਕੁੱਟ ਕੇ, ਉਹ ਸੁਦਾਮਾ ਮੇਰੀ ਨਦੀ ਦੇ ਵਿੱਚ ਆ ਕੇ ਰੁਕਦਾ ਰਿਹਾ, ਮੈਂ ਤੇਰਾ ਪਤਾ ਨਾ ਲਿਆ, ਯਾਰ ਨਾਲ ਹੋ ਗਿਆ ਮਿਲਾਪ ਯਾਰ ਦਾ, ਕ੍ਰਿਸ਼ਨ ਦਾ ਅਤੇ ਸੁਦਾਮੇ ਦਾ ਆਸ ਮੈਂ ਮਿਲਾਪ ਹੁੰਦਾ ਦੇਖਾਂਗਾ ਵਾਹ ਕੈਸਾ। ਦਾਰ ਪਾਲ ਕਹਿਣੇ ਲੱਗੇ ਫਿਰ ਦਾਦਾ ਮਾਰ ਦੋਲਾ, ਕਿਸ ਨੂੰ ਹੈ ਤੂੰ ਪਾਲਦਾ ਹਾਲ ਸੁਣਾ ਦੇ ਕੋਲਾ, ਦੇਖਿਆ ਜਦੋਂ ਪਹਿਨਿਆ ਕ੍ਰਿਸ਼ਨ ਟੁੱਟ ਕੇ ਪਿਆਰ ਦੇ ਨਸ਼ੇ ਚ ਜੱਫੀ ਪਾਲੀ ਕੁੱਟ ਕੇ, ਪਿਆ ਸਮਾਨੇ ਨੂੰ ਆਸੂ ਡਾਲ ਦਾ ਯਾਰ ਨਾਲ ਹੋ ਗਿਆ ਮਲਾਪ ਯਾਰ ਦਾ, ਮੇਰਾ ਬੰਦ ਵੀ ਨਾ ਦਰਦ ਹੋ ਗਿਆ ਤੈਨੂੰ ਦੇਖ ਕਾਲੇ ਜਾਂ ਸ਼ਰਦ ਹੋ ਗਿਆ, ਉਹਦੀ ਸਜਾਵੇ ਦੇ ਕੁਛ ਪਵਾਰ ਦਾ ਯਾਰ ਨਾਲ ਹੋ ਗਿਆ ਮਲਾਪ ਯਾਰ ਦਾ, ਦੋਸਤਾਂ ਦੇ ਜੋੜੇ ਦੀ ਬੋਝੀ ਗਈ ਆਇਆ ਕੇ ਅੰਦਰੋਂ ਛੋੜੇ ਦੀ, ਚੜ ਗਿਆ ਸਰੂਰ ਤੁਹਾਨੂੰ ਪਿਆਰ ਦਾ ਯਾਰ ਨਾਲ ਹੋ ਗਿਆ ਮਲਾ ਪਿਆਰ ਦਾ, ਮੇਰੇ ਗਰੀਬੀ ਚੰਦਾ ਚੁੱਲਦਾ ਰਿਹਾ ਮੇਰੀ ਨਗਰੀ ਦੇ ਵਿੱਚ ਰੁੱਲਦਾ ਰਿਹਾ, ਆਪ ਨੂੰ ਬਹੁਤ ਲਾਭ ਤਰਕਾਰ ਦਾ ਯਾਰ ਨਾਲ ਹੋ ਗਿਆ ਮਲਾ ਪਿਆਰ ਦਾ, ਪਾਈ ਗੁਜਰੇ ਵਰੇ ਪੜ੍ਹਦੇ ਸੀ ਆਪਾਂ ਗੁਰਦੇਵ ਦੇ ਘਰੇ, ਕਿਸ਼ਨੀਆਂ ਗੱਲਾਂ ਬੋਲਦੀ ਸਾਰਦਾ ਯਾਰ ਨਾਲ ਹੋ ਗਿਆ ਮਲਾਪ ਯਾਰ ਦਾ, ਚੱਕੇ ਲਿਆਇਆ ਕਿੱਕਰਾਂ ਦੇ ਦਾਣੇ ਤੂੰ ਚੱਕ ਗਿਆ ਅਕੇਲਾ ਸੀ ਦੋਹਾਂ ਦੇ ਦਾਣੇ ਤੂੰ, ਉਹ ਪੈਦਾ ਤੈਨੂੰ ਮਨ ਮਨੋ ਨੀ ਵਸਾਰਦਾ ਉਹ ਮਨ ਨੀ ਵਸਾਰਦਾ ਯਾਰ ਨਾਲ ਹੋ ਗਿਆ ਮਲਾਪ ਯਾਰ ਦਾ, ਉਹਨਾਂ ਦੀਆਂ ਕੋਈ ਯਾਰੀਆਂ ਪੁਰਾਣੀਆਂ ਰੁਕਮਣੀ ਸਮੇਂ ਦੀਆਂ ਪਟਰਾਣੀਆਂ, ਅੱਜ ਬੜਾ ਰੋਂਦਾ ਵਾਲੀ ਸੰਸਾਰ ਦਾ ਯਾਰ ਨਾਲ ਹੋ ਗਿਆ ਮਲਾਪ ਯਾਰ ਦਾ, ਕਿੱਥੋਂ ਆ ਗਿਆ ਬਾਮਣ ਸਦਾਈ ਗਿਆ ਬਾਮਣ ਸਦਾਈ ਗਿਆ ਦਾੜੀ ਮੁੱਛ ਮੁੰਨੀ ਲੱਗੇ ਹਲਵਾਈ ਗਿਆ, ਸਾਰਾ ਰਣਵਾਸ ਤੈਨੂੰ ਤੇ ਨਿਹਾਰਦਾ ਯਾਰ ਨਾਲ ਹੋ ਗਿਆ ਮਲਾਪ ਯਾਰ ਦਾ, ਉਹ ਕਰਦਾ ਖਜਾਮ ਤਾਂ ਬਹੁਤ ਸ਼ਾਮ ਤਾਂ ਆਸੂਆਂ ਨਾ ਧੋ ਕੇ ਲੈਂਦਾ ਚਰਨਾਮ ਤਾਂ, ਉਹ ਵੀਰ ਚੰਦਾ ਦੋਸਤ ਦਰਿਆਓ ਪਾਰਦਾ ਜਿਹਾ ਦਰਿਆਓ ਪਾਰਦਾ ਯਾਰ ਨਾਲ ਹੋ ਗਿਆ ਮਲਾਪ ਯਾਰ ਦਾ, ਵੇਖਿਆ ਜਦੋਂ ਪੈ ਗਿਆ ਕ੍ਰਿਸ਼ਨ ਟੁੱਟ ਕੇ ਪਿਆਰ ਦੇ ਨਸ਼ੇ ਚ ਜੱਫੀ ਪਾਲੀ ਕੁੱਟ ਕੇ ਮੂਰਤੀਆਂ ਸਮਾਨ ਨੈਣੋ ਆਂਸੂ ਦਾਰ ਦਾ ਯਾਰ ਨਾਲ ਹੋ ਗਿਆ ਮਲਾਪ ਯਾਰ ਦਾ, ਉਹ ਮੇਰਾ ਬੰਦ ਵੀਰ ਨਾਲ ਦਰਦ ਹੋ ਗਿਆ। ਭਗਵਾਨ ਕਹਿੰਦੇ ਜਦੋਂ ਤੂੰ ਵਿਛੜਿਆ ਮੇਰੇ ਕਾਲਜੇ ਦੇ ਵਿੱਚ ਦਰਦ ਹੀ ਹੁੰਦਾ ਰਿਹਾ ਤੇਰੇ ਮਲਾਪ ਦਾ, ਮੇਰਾ ਬੰਦ ਵੀਰ ਨਾਲ ਦਰਦ ਹੋ ਗਿਆ ਤੈਨੂੰ ਦੇਖ ਕਾਲਜਾ ਸ਼ਰਦ, ਉਹਨਾਂ ਚਿਰ ਹਮਾਰਾ ਦਿਲ ਸੱਭਦਾ ਰਿਹਾ ਉੱਤੋਂ ਦੀ ਸੁਦਾਮੇ ਦੇ ਪੁਸ਼ਪ ਵਾਰ ਦਾ, ਭਗਵਾਨ ਫੁੱਲਾਂ ਦੀ ਵਰਖਾ ਕਰਕੇ ਸੁਦਾਮੇ ਦੇ ਤੜਾਂ ਦੀ ਸਿਫਤ ਦੋਸਤਾਂ ਦੇ ਜੋੜੇ ਦੀ ਬੁੱਝ ਗਈ ਆ ਅੱਗ ਅੰਦਰੋਂ ਵਿਛੋੜੇ ਦੀ,
ਚੜ੍ਹ ਗਿਆ ਸਰੂਰ ਦੋਹਾਂ ਨੂੰ ਪਿਆਰ ਦਾ, ਦੋਹਾਂ ਨੂੰ ਐਸਾ ਪਿਆਰ ਦਾ ਸਰੂਰ ਚੜ੍ਹਿਆ, ਲਾਲ ਸੁਰਖ ਹੋ ਗਏ ਦੋਵੇਂ, ਕਿਉਂ ਜੈਸੇ ਮੱਛੀ ਵਿਛੜੀ ਹੋਈ ਜਲ ਦੇ ਵਿੱਚ ਮਿਲ ਜਾਂਦੀ, ਐਸਾ ਪਾਣੀ ਦੇ ਸੰਗ ਜੈਸੇ ਪਾਣੀ ਮਿਲ ਜਾਂਦਾ, ਪਰਸਾ ਮਿਲ ਗਿਆ। ਉਹ ਫਿਰ ਭਗਵਾਨ ਹੱਸਦੇ, ਫਿਰ ਮਖੌਲ ਕਰਦੇ ਨੇ ਉਸ ਗੱਲ ਨੂੰ, ਤਾਂ ਭਾਈ ਗੁਜਰੇ ਵਰੇ ਸਦਾਮਾ, ਉਸ ਗੱਲ ਨੂੰ ਤਾਂ ਕਾਫੀ ਚਿਰ ਹੋ ਗਿਆ ਹੋਣਾ, ਕਦੋਂ ਪੜ੍ਹਦੇ ਸੀ ਆਪਾਂ ਗੁਰਦੇਵ ਦੇ ਘਰੇ, ਉਦੋਂ ਆਪਾਂ ਸੰਧੀ ਗੱਲ ਦੇ ਘਰੇ ਪੜ੍ਹਦੇ ਰਹੇ, ਪਿਛਲੀਆਂ ਗੱਲਾਂ ਬੋਲ ਕੇ ਚਿਤਾਰਨਾ, ਯਾਰ ਨਾਲ ਹੋ ਗਿਆ ਮਿਲਾਪ ਯਾਰ ਦਾ, ਉਦੋਂ ਅਗਲਾ ਚੱਕ ਕੇ ਲਿਆਇਆ ਕਿੱਕਰਾਂ ਦੇ ਦਾਣੇ ਤੂੰ, ਚੱਬ ਗਿਆ ਅਕੇਲਾ ਸੀ ਦੋਹਾਂ ਦੇ ਦਾਣੇ ਤੂੰ, ਮੇਰੇ ਵੀ ਖਾਦਾ ਸੀ ਤੈਨੂੰ ਬਈ, ਮੈਂ ਤਾਂ ਫਲ ਤੈਨੂੰ ਮਰਨ ਨਹੀਂ ਸਕਦਾ, ਮੈਂ ਨਹੀਂ ਤੈਨੂੰ ਬੁਲਾਉਂਦਾ, ਤੂੰ ਐਂ ਵੀ ਕਰ ਗਿਆ ਸੀ ਮੇਰੇ ਵੀ ਖਾ ਗਿਆ ਸੀ। ਇਹਨਾਂ ਦੀਆਂ ਕੋਈ ਯਾਰੀਆਂ ਪੁਰਾਣਾ ਰੁਕਮਣੀ ਸਮੇਤ ਆਈਆਂ ਪਟਰਾਣੀਆਂ, ਰੁਕਮਣੀ ਕਾਲਿੰਦੀ ਸਤਸਾਵਾਂ ਜਾਮਾ ਮੰਤਰੀ ਸੱਤਿਆ ਭਦਰਾਂ ਮਿੱਤਰ ਬਰਿੰਦਾ ਲਕਸ਼ਮਣਾਂ, ਇਹ ਅੱਠ ਰਾਣੀਆਂ ਭਗਵਾਨ ਦੀਆਂ ਸੱਤਾਂ ਆਈਆਂ ਸਾਰੀਆਂ, ਵੀ ਇਹਨਾਂ ਦੀਆਂ ਕੀ ਸੋ ਇਹ ਅੱਜ ਬੜਾ ਰੋਂਦਾ ਬਾਲੀ ਸੰਸਾਰ ਦਾ, ਭਗਵਾਨ ਰੋਈ ਜਾਂਦੇ ਐ ਬ੍ਰਾਹਮਣ ਦੇ ਚਰਨਾਂ ਦੇ ਉੱਤੇ ਆਸਨ ਫੇਰ ਕੇ ਚਰਨਾਮ ਤਾਂ ਲਈ ਜਾਂਦੇ ਆ, ਉਹਨਾਂ ਨੂੰ ਕੀ ਪਤਾ ਸਦਾਮੇ ਦਾ ਕਿੱਥੋਂ ਇਹ ਆ ਗਿਆ, ਬ੍ਰਾਹਮਣ ਸਦਾਈ ਆ, ਦਾੜੀ ਵਿੱਚ ਮੁੰਨੀ ਲੱਗੇ ਹਲਵਾਈ ਦਾ, ਸਾਰਾ ਦਿਨ ਮਾਸ ਨੈਣ ਸੀ ਨਿਹਾਰਦਾ, ਨਿਹਾਰਦਾ ਦਾ ਮਾਣਾ ਦੇਖਣਾ, ਸਾਰਾ ਦਿਨ ਮਾਸ ਨੈਣ ਸੀ ਦੇਖਦਾ, ਕਰਦਾ ਖਜਾਨਤਾ ਬਹੁਤ ਸ਼ਾਮ ਤੋਂ, ਆਂਸੂਆਂ ਨਾਲ ਧੋ ਕੇ ਲੈਂਦਾ ਚਰਨਾਮ ਤੋਂ, ਵੀ ਚੰਗਾ ਦੋਸਤ ਦਰਿਆ ਉਭਾਰਦਾ, ਯਾਰ ਨਾਲ ਹੋ ਗਿਆ ਮਿਲਾਪ ਯਾਰ ਦਾ, ਭਗਵਾਨ ਆਸੂਆਂ ਵੀ ਝੜੀ ਉੱਤੇ ਪੈਰਾਂ ਦੇ ਸਦਾਮੇ ਦੇ ਲਾਉਂਦੇ, ਚੌਂਕੀ ਦੇ ਉੱਤੇ ਬਹਾਇਆ ਆਪ ਚਰਨਾਮ ਦਾ ਲਈ ਜਾਂਦੇ, ਚੌਂਕੀ ਡਾਹ ਕੇ ਇਸਦੇ ਮਲੋ ਵਟਣਾ, ਉੱਚ ਕੋਟੀ ਦਾ ਇਹ ਫਕੀਰ ਸਮਝੋ, ਪਾਰ ਜਾਊਗੀ ਇਹਦੀ ਸੀਸ ਦਿੱਤੀ, ਇਹਦੇ ਬੋਲਾਂ ਨੂੰ ਪਿਆਰੀ ਉਹ ਤੀਰ ਸਮਝੋ, ਜਨਮ ਜਨਮ ਦੇ ਪਾਪਾਂ ਦਾ ਨਾਸ਼ ਕਰ ਤੂੰ ਇਸ ਬ੍ਰਾਹਮਣ ਨੂੰ ਗੰਗਾ ਦਾ ਨੀਰ ਸਮਝ, ਭਗਵਾਨ ਰੁਕਮਣੀ ਰਹੀ ਚਲਿੰਦਰੀ ਅਨਵਾਦਾ, ਇਹ ਬ੍ਰਾਹਮਣ ਦੇ ਚਰਨਾਮ ਚਰਨ ਤੋਂ ਕੇ ਪੀਓ, ਇਹ ਤਾਂ ਜਨਮ ਜਨਮਾਤਰਾ ਦੇ ਮੈਲਾਂ ਨੂੰ ਲਾ ਤੂੰ ਗੰਗਾ ਦਾ ਨੀਰ ਹੈ, ਇਹਦੀ ਧੂਣੀ ਨੂੰ ਸੀਸ ਤੇ ਚਾਨੂੰ ਇਹਦਾ ਲਿਬੜਿਆ ਮਤ ਸਰੀਰ ਸਮਝੋ, ਯੋਗੀ ਰਾਜ ਹੈ ਤੇ ਬੜਾ ਬ੍ਰਹਮ ਗਿਆਨੀ ਤਿਆਗੀ ਮਾਇਆ ਦਾ ਭਗਤ ਕਬੀਰ ਸਮਝੋ, ਇਹਦੀ ਪਾਵੀ ਅਸਾਂ ਤੋਂ ਬਹੁਤ ਉੱਚੀ ਇਹਨੂੰ ਬਾਦਸ਼ਾਹ ਮੈਨੂੰ ਵਜ਼ੀਰ ਸਮਝੋ, ਇਹਦੇ ਵਿੱਚੋਂ ਸੁਗੰਧੀਆਂ ਆਉਣ ਬਣੀਆਂ, ਚੰਨਣ ਰੁੱਖ ਹੈ ਮੈਨੂੰ ਕਰੀਰ ਸਮਝੋ, ਇਹਦੇ ਭਾਗ ਜਾ ਕੇ ਮੇਰੇ ਭਾਗ ਜਾ ਕੇ ਇਹਦਾ ਦਰਸ਼ ਹੋਇਆ, ਮਸਤਾ ਇਸ ਨੂੰ ਪੀਰਾਂ ਦਾ ਪੀਰ ਸਮਝੋ, ਇਹ ਮੇਰੀ ਦੁਆਰਕਾ ਨੂੰ ਭਾਗ ਲਾਉਣ ਵਾਸਤੇ ਆਇਆ, ਐਸਾ ਤਾਂ ਹਮਾਰਾ ਕੋਈ ਯਾਰ ਦੋਸਤ ਹੈ ਹੀ ਨਹੀਂ, ਮੈਥੋਂ ਬਿਨਾਂ ਪਲ ਹੋਰ ਕਿਸੇ ਨੂੰ ਯਾਦ ਨਹੀਂ ਕਰਦਾ, ਚੌਂਕੀ ਨਾਲ ਵੱਢਣਾ ਹੋ ਮੇਰੇ ਦੋਸਤ ਨੂੰ ਲਵਾਓ, ਕਿਹੜਾ ਕੁਛ ਤੂਰੀ ਪਾ ਕੇ ਵਰਤਣਾ ਮਾਰਨ ਸਾਰੇ ਆਪ ਚੱਲੋ ਕੀ ਨਾਲ ਪੜੇ ਦੋ ਪਾਉਣ ਦਾ, ਕਿਹੜਾ ਕਸਤੂਰੀ ਪਾ ਕੇ ਸਾਰੀਆਂ ਰਾਲੀਆਂ ਵਰਤਣ ਲਾ ਕੇ ਵਿੱਚ ਮਲਦੀਆਂ, ਭਗਵਾਨ ਚਰਨਾਂ 'ਚ ਬੈਠੇ ਸਦਾਮੇ, ਕਿਹੜਾ ਕਸਤੂਰੀ ਪਾ ਕੇ ਵਰਤਣਾ ਮਾਰਨ ਸਾਰੇ ਆਪ ਚੱਲੋ ਕੀ ਨਾਲ ਪੜੇ ਦੋ ਪਾਉਣ ਦਾ, 16,000 ਜਨ 108 ਗੋਪੀ ਧੋਕੇ ਦੇ ਚਰਨ ਸਭ ਲੈਣ ਚਰਨਾਮ ਦਾ, ਭਾਲਿਆਂ ਦਾ ਖਿਆਮ ਦਾ ਭਗਤ ਵਿੱਚ ਸਾਰੀਆਂ ਦੇ ਜੁੰਡੇ ਮਲ ਮਲ ਕੇ ਬਣਾਤੀਆਂ ਹਜਾਮਤਾਂ, ਚੰਗੇ ਚੰਗੇ ਵਸਤਰ ਲਿਆਓ ਫਿਰ ਵੀਰ ਚੰਦਾ ਵੰਸ਼ ਦੇ ਵਹਾਉ ਤੇ ਲਿਆਓ ਛੱਤੀਆਂ, ਭਗਵਾਨ ਕਹਿੰਦੇ ਨਾ ਇਹਦੇ ਵਾਸਤੇ ਚੰਗੇ ਚੰਗੇ ਮੇਰੇ ਯਾਰ ਵਾਸਤੇ ਵਸਤਰ ਲਿਆਓ, ਚੰਗੇ ਚੰਗੇ ਖਾਣੇ ਲਿਆਓ, ਭਗਤ ਸੁਧਾਮੀ ਦਾ ਹੀ ਪੁੱਛਦਾ ਕ੍ਰਿਸ਼ਨ ਬਹਿ ਕੇ ਮੇਰੀ ਭਰਜਾਈ ਦੀ ਫੜਾਈ ਤੈਨੂੰ ਭੇਟ ਹੈ, ਭਗਵਾਨ ਕੋਲੇ ਹੋ ਗਏ ਨਹੀਂ ਸੁਧਾਮਾ ਮੇਰੀ ਭਰਜਾਈ ਸੁਸ਼ੀਲਾ ਨੇ ਮੇਰੇ ਵਾਸਤੇ ਕੁਛ ਭੇਜਿਆ, ਮੇਰੇ ਕੋਲ ਹੈ ਨੀ ਕੁਛ ਤੰਦਲ ਦਬਾਏ ਕਾਸ਼, ਅੰਦਰ ਵਾਲੇ ਜਾਓ ਸਲਾਮਾ ਕਰਨਾ ਮੇਰੇ ਕੋਲ ਤਾਂ ਬਾਹਰ ਕੀਤੀ ਤੇ ਕੱਚ ਐਸ ਤੱਕ ਕਿ ਵੇਖਣਾ ਮੇਰੀ ਬਦਨਾਮੀ ਨਾ ਹੋ ਜਾਏ, ਮੇਰੇ ਕੋਲ ਹੈ ਨੀ ਕੁਛ ਤੰਦਲ ਦਬਾਏ ਕਾਸ਼, ਕੱਸ ਦਾ ਸਰੀਰ ਤੇ ਚੜਾਉਂਦਾ ਜਾਂਦਾ ਪੇਟ ਹੈ ਤੇ ਸਰੀਰ ਢਿੱਲ ਕਰਦਾ ਵੀ ਮੇਰੀ ਕੱਚ ਦੇ ਚੁੱਕ ਤੇ ਵੇਖਣਾ ਲੱਗਦਾ, ਕੱਸ ਦਾ ਸਰੀਰ ਤੇ ਚੜਾਉਂਦਾ ਜਾਂਦਾ ਪੇਟ ਹੈ, ਕੋਈ ਵੀ ਮਿਲ ਲਿਆ ਵੀ ਲਿਆ ਕੇ ਚੀਜ਼ ਖਾਣ ਲੈਣ, ਮੇਰੇ ਸਰਬੰਧੀਆਂ ਦਾ ਰੱਖਿਆ ਹੋਇਆ ਰੇਟ ਹੈ, ਕਾਕਸ਼ਾ ਚੀਜ਼ ਤੇਰੇ ਆਉਂਦੀ ਹੈ ਨਜ਼ਰ ਮੇਰੇ ਹੱਥ ਨਾਲ ਖਿੱਚਣੀ ਤੂੰ ਰੱਖ ਸਕਦਾ, ਭਗਵਾਨ ਕਹਿੰਦੇ ਭੇਜਿਆ ਮੇਰੀ ਭਰਜਾਈ ਨੇ, ਤੂੰ ਝੂਠ ਮਾਰਦਾ ਹੱਥ ਦੇ ਨਾਲ ਚੌਲਾਂ ਦੀ ਮੋਟੀ ਭਗਵਾਨ ਨੇ ਕੱਚ ਖਿੱਚਦੀ, ਆਹ ਕੋਈ ਵਸਤੂ ਫੜਾਈ ਤੈਨੂੰ ਭਾਈ ਸਾਹਿਬ, ਝੂਠ ਮਾਰਨੇ ਦੀ ਤੈਨੂੰ ਆਦਤ ਪੁਰਾਣੀ ਹੈ,
ਕੱਢਦੀ ਗਰੀਬੀ ਰਾਜਨੀਤੀ ਦੀ ਵਿਖਾਈ ਨਹੀਂ ਤੇਰੇ ਨਾਲੋਂ ਪੰਡ ਦਾ ਸੁਸ਼ੀਲਾ ਬਹੁਤ ਸਿਆਣੀ ਹੈ। ਹੋ ਕੇ ਫਿਰ ਸ਼ਰਮਸ਼ਾਰ ਬੈਠ ਗਿਆ ਪੇਪਰ ਸੁਣ। ਚਾਰ ਹੀ ਛਪੇਰੇ ਖੜੀ ਔਰਤਾਂ ਦੀ ਢਾਣੀ ਹੈ, ਚਾਵਲਾਂ ਦੀ ਪੋਟਲੀ ਕੋ ਖੋਲ ਲਿਆ ਮਾਸਰਾਨਾ ਭੀਸ਼ਮ ਕੀ ਸੁਤਾ ਕੋਲੇ ਖੜੀ ਪਟਾਰੀ। ਆਪ ਵੀ ਸੁਸ਼ੀਲਾ ਕਿਲਾ ਨਹੀਂ ਸੀ ਨਾਲ, ਤੂੰ ਆ ਸੀ ਹੈ ਨਹੀਂ, ਤੂੰ ਕੁਛ ਝੂਠ ਵੀ ਮਾਰ ਜਾਣਾ ਕਿ ਨਹੀਂ ਮਾਰ ਗਿਆ ਸੀ। ਖਿਚੜੀ ਭਗਵਾਨ ਹੈ, ਸੁਦਾਮਾ ਬੈਠਾ, ਚੌਲ ਖੋਲ ਲੈ। ਮੁਖ ਸੇ ਫੱਕਾ ਏਕ ਲਗਾਇਆ ਦੇਤੀ ਏਕ ਲੋਕ ਕੀ ਮਾਇਆ, ਐਦਰ ਫੱਕੇ ਹੋਏ ਦੁਆ ਮੇਰੇ, ਬ੍ਰਾਹਮਣ ਜੁਗਲ ਲੋਕ ਹੋਏ ਤੇਰੇ। ਭਗਵਾਨ ਨੇ ਮੁਖ ਸੇ ਫੱਕਾ ਲਗਾਇਆ, ਉਹ ਬ੍ਰਾਹਮਣ ਮੈਂ ਤੈਨੂੰ ਏਕ ਲੋਕ ਕੀ ਮਾਰ ਦੇ ਚੁੱਕਾ, ਐਦਰ ਫੱਕੇ ਹੋਏ ਦੁਆ ਮੇਰੇ, ਬ੍ਰਾਹਮਣ ਜੁਗਲ ਲੋਕ ਹੋਏ ਤੇਰੇ। ਦੋ ਫੱਕੇ ਭਗਵਾਨ ਨੇ ਮਾਰੇ, ਬ੍ਰਾਹਮਣ ਮੈਂ ਦੋ ਲੋਕ ਦੀ ਤੈਨੂੰ ਮਾਰ ਦੇ ਸੀ। ਫੱਕਾ ਤੀਸਰਾ ਨਾਸ ਪਕੜ ਲਿਆ, ਭੀਸ਼ਮ ਸੁਤਾ ਨੇ ਹਾਥ ਪਕੜ ਲਿਆ, ਤੀਜਾ ਫੱਕਾ ਭਗਵਾਨ ਤੋਂ ਮਾਰ ਲੱਗੇ। ਰੁਕਮਣੀ ਕੋਲੇ ਖੜੀ ਹੈ, ਉਹਨੇ ਬਾਂਹ ਫੜ ਲਈ ਕਿ ਤਿੰਨੇ ਲੋਕ ਦਾ ਤਿੰਨੇ ਬ੍ਰਾਹਮਣ ਹੁੰਦਾ ਸੀ ਕਿੱਥੇ ਰਾਹ ਦੇ। ਆਪ ਗੁਜ਼ਾਰਾ ਕਰੋ ਕਾਸਤੇ, ਇੱਕ ਤੋਂ ਰੱਖ ਲਓ ਰਹਿਣ ਵਾਸਤੇ, ਮਹਾਰਾਜ ਦੋ ਲੋਕ ਤਾਂ ਇਸ ਬ੍ਰਾਹਮਣ ਦੇ ਤੇ, ਆਪਾਂ ਕਿੱਥੇ ਰਹਾਂਗੇ, ਕਾਬਲੇ ਵਾਸਤੇ ਵੀ ਰੱਖ ਲਓ। ਇਹ ਐਸਾ ਸੰਤੋਸ਼ੀ ਬ੍ਰਾਹਮਣ, ਇਹਨੇ ਕੋਈ ਦੋ ਲੋਕ ਦਿੱਤੇ, ਤੇਰੀ ਮਾਇਆ ਦੇ ਖੁਸ਼ੀ ਨਹੀਂ ਕਰੀ, ਤਾਂ ਉਸੇ ਤਰ੍ਹਾਂ ਹੀ ਬੈਠਾ। ਇੱਕ ਤਾਂ ਫਿਰ ਰੱਖ ਲਓ ਚੰਗਾ ਰੁਕਣੀ, ਮੈਂ ਦੇਖਦਾ ਇਹਨੂੰ ਇਹ ਵੀ ਦਿੰਦਾ ਸੀ, ਪਰ ਤੂੰ ਹਮਾਰੀ ਪਿਆਰੀ ਸ਼ਕਤੀ ਹੈ, ਤੇਰੇ ਆਖੇ ਤੂੰ ਮੈਂ ਰੱਖ ਲੈਣਾ, ਪਰ ਇਹ ਬ੍ਰਾਹਮਣ ਸੰਤੋਸ਼ੀ ਹੈ, ਦੋ ਲੋਕ ਦੀ ਮਾਇਆ ਨੂੰ ਸਿਆਣ ਦੇਗੀ। ਜਾਓ ਮੇਰੇ ਯਾਰ ਨੂੰ ਚੰਗੀ ਚੰਗੀ ਚੀਜ਼ਾਂ, ਗਹਿਣੇ ਵਸਤਰ ਉਹ ਲਿਆਓ। ਭਗਵਾਨ ਕਹਿੰਦਾ ਮਿੱਤਰਾ ਆਜ ਵੀ ਫਟੀ ਜੀ ਤੇਰੇ ਤੇ ਚਾਦਰ ਲਈ ਹੈ, ਜਾਂ ਇੱਕ ਚੰਗੀ ਜੀ ਪਾਈ ਹੈ, ਲਾ ਦੇ। ਸੁੰਦਰ ਪੁਸ਼ਾਕਾਂ ਭਗਵਾਨ ਆਉਂਦੀਆਂ ਤੇ ਕੋਟ ਪਤਲੂਨ ਸਿਰ ਦੇ ਉੱਤੇ ਮੋਕਟ ਮੋਰ ਧਰਦੇ ਸੁਦਾਮੇ ਦੇ, ਤੇ ਨਾਨਾ ਤਰ੍ਹਾਂ ਦੇ ਖਾਣੇ ਲਿਆ ਕੇ ਮਠਿਆਈਆਂ ਆਪਣੇ ਯਾਰ ਨੂੰ ਕ੍ਰਿਸ਼ਨ ਪਾਉਂਦਾ ਚੇਤਾ ਭਲਾ ਕੈਸੇ ਗੜਾ ਸ਼ਰਾਬ ਦਾ ਆਨ ਮਿਲਾ ਵਿੱਚ ਗੰਗਾ, ਜਾਤ ਪਾਤ ਸਭ ਮਿਟ ਗਈ, ਰਲ ਗਿਆ ਸੰਤਾ ਸੰਗ। ਸਿੱਖ ਪਰ ਭਗਤ ਭਜਵੇ ਜਮੇ ਨੂੰ, ਸੁੰਦਰ ਪਸ਼ਾਖਾ ਲਿਆਦੀਆਂ ਸੋਦਾ ਮੈਨੂੰ, ਕੋਲ ਕਣਕੇ ਬਣਾਉਂਦੇ ਟੈਲੂਏ, ਖੱਡ ਰਸ ਭੋਜਨ ਛਕਾਉਂਦੇ ਟੈਲੂਏ, ਕੋਟ ਪਤਲੂਨ ਪਾਤਾ ਪੀਲੇ ਰੰਗ ਦਾ, ਮਨ ਵਿੱਚ ਬੈਠਾ ਹੈ ਸੋਦਾਮਾ ਸੰਗ ਦਾ, ਉੱਤੇ ਮੋਡ ਟਟਕਾਉਂਦੇ ਟੈਲੂਏ, ਖੱਡ ਰਸ ਭੋਜਨ ਛਕਾਉਂਦੇ ਟੈਲੂਏ, ਕੋਲੇ ਬਹਿ ਕੇ ਗੱਲਾਂ ਕਰਦੇ ਨੇ ਥਿਉਂਦੀਆਂ, ਲਿਆਉਂਦੇ ਨਾ ਜਲੇ ਪਈਆਂ ਗਊਆਂ ਦੇ ਘਿਉਂਦੀਆਂ, ਕੋਕੇ ਕੋਲੇ ਪੀਣ ਨੂੰ ਲਿਆਉਂਦੇ ਟੈਲੂਏ, ਖੱਡ ਰਸ ਭੋਜਨ ਛਕਾਉਂਦੇ ਟੈਲੂਏ, ਵਿੱਚੇ ਬਾਲੂ ਸ਼ਾਹੀ ਮਸਰਾ ਦੇ ਪੇੜੇ, ਸਵਾਦ ਪਾਸੇ ਦੇ ਘਰਾਂ ਨੂੰ ਪਟਣੀ, ਇੰਬਲੀ ਦੀ ਲਿਆਏ ਨਮਕੀਨ ਚਟਣੀ, ਮਾਰੂਆ ਪਦੀਨਾ ਵਿੱਚ ਪਾਉਂਦੇ ਟੈਲੂਏ, ਖੱਡ ਰਸ ਭੋਜਨ ਛਕਾਉਂਦੇ ਟੈਲੂਏ, ਫੱਕਾ ਮਾਰ ਗਿਆ ਬਣੇ ਵੇ ਸੁੱਖੇ ਦਾ, ਔਖਾ ਪੇਟ ਭਰੂਗਾ ਚਿਰਾਂ ਦੇ ਭੁੱਖੇ ਦਾ, ਹੋਰ ਕੁਛ ਲਈਏ ਬਾਰਾ ਮਾਉਂਦੇ ਟੈਲੂਏ, ਕੱਢ ਰਸ ਭੋਜਨ ਛਕਾਉਂਦੇ ਟੈਲੂਏ, ਮਾਰੋ ਭੁੱਖ ਭਰ ਕੇ ਸਕਰ ਪਾਰੇ ਹੈ, ਥੋੜੇ ਜੇ ਲਿਆਓ ਪਾਪਨ ਕਰਾਰੇ ਹੈ, ਜਿਵੇਂ ਕਿਹਾ ਪਾਪਾ ਮਨਾਉਂਦੇ ਟੈਲੂਏ, ਕੱਢ ਰਸ ਭੋਜਨ ਛਕਾਉਂਦੇ ਟੈਲੂਏ, ਸਵਾਦ ਪੂਰਾ ਪੇਟ ਭਰ ਲਿਆ, ਖਾ ਕੇ ਦੋ ਪਤਾਉਣ ਜੀ ਕਰਾਰਾ ਕਰ ਲਿਆ, ਪਿੱਛੋਂ ਲੋਕ ਲੈ ਜੀਆਂ ਫੜਾਉਂਦੇ ਟੈਲੂਏ, ਜੀਆਂ ਫੜਾਉਂਦੇ ਟੈਲੂਏ, ਖੱਡ ਰਸ ਭੋਜਨ ਛਕਾਉਂਦੇ ਟੈਲੂਏ। ਸਿੱਟ ਬੜਾ ਭਰਤਾ ਫਟੇ ਵੀ ਜਾਮੇ,
ਸੁੰਦਰ ਪੋਸ਼ਾਕਾਂ ਲਿਆ ਦੀਆਂ ਸੁਦਾਮੇ ਨੂੰ ਸੀਸ ਉੱਤੇ ਮੁੜ ਟਟਕਾਉਂਦੇ ਡੈਲ ਗਏ। ਖੱਟ ਰਸ ਭੋਜਨ ਜਿਹਦੇ 'ਚ ਸ਼ੀਰ ਰਸ ਹੈ ਉਹ ਲਿਆ ਲਿਆ ਕੇ ਧਰਦੇ ਹੈ। ਕੋਟ ਪਤਲੂਨ ਪਾਤਾ ਪੀਲੇ ਰੰਗ ਦਾ ਭਗਵਾਨ ਨੇ ਆਪਦੀ ਲੰਘ ਵਾਲੀ ਧੋਤੀ ਅਤੇ ਆਪਦਾ ਕੋਟ ਪਾਤਾ, ਪਰ ਮਨ ਵਿੱਚ ਬੈਠਾ ਹੈ ਸੁਦਾਮਾ ਸੰਗ ਦਾ ਵੀ ਇਹ ਮੇਰੇ ਚਾਹੀਦੀ ਨਹੀਂ ਸੀ, ਮੈਨੂੰ ਤਾਂ ਸੰਗ ਲੱਗਦੀ ਇਹਨਾਂ ਨਾਲ। ਕੋਲੇ ਬਹਿ ਕੇ ਗੱਲਾਂ ਕਰਦੇ ਨੇ ਅਤੇ ਉਹਦੀਆਂ ਜਿਹੜੇ ਦੁਆਰਪਾਲ ਸੀ ਉਹਨਾਂ ਨੇ ਆਖਿਆ ਵੀ ਇਹਦਾ ਕੋਈ ਖਾਸ ਬੰਦਾ ਨਿਬੜਿਆ, ਪਾਪਾ ਦਾ ਇਹ ਰੋਂਦਾ ਫਿਰਦਾ ਕੋਈ ਫਕੀਰ ਹੈ, ਮੰਗਦਾ ਇਹਦਾ ਭਗਵਾਨ ਆਦਰ ਕਰੀ ਜਾਂਦੇਗਾ। ਕੋਲੇ ਬਹਿ ਕੇ ਗੱਲਾਂ ਕਰਦੇ ਨੇ ਸਿੰਘ ਦੀਆਂ, ਫਿਰ ਲਿਆਉਂਦੇ ਨੇ ਜਲੇਬੀਆਂ ਗਊਆਂ ਦੇ ਘਿਓ ਦੀਆਂ, ਗਊਆਂ ਦੇ ਘਿਓ ਦੀਆਂ ਉੱਥੇ ਭਗਵਾਨ ਦੇ ਲੈਣੀਆਂ ਗਊਆਂ ਦੁਆਰਕਾ ਲਿਆ ਲਿਆ ਕੇ ਬਿੰਦੇ ਬਿੰਦੇ ਮਾਰਦੇ ਪ੍ਰੀ ਹੇ ਗੇੜੇ ਹੈ ਵਿੱਚੇ ਬਾਲੂ ਸ਼ਾਹੀ ਮਥਰਾ ਦੇ ਨੇੜੇ, ਮਥਰਾ ਦੇ ਨੇੜੇ ਇੱਕ ਮਸ਼ਹੂਰ ਹੈ ਉਹ ਲਿਆ ਲਿਆ ਕੇ ਧਰਦੇ ਹੈ। ਬੜੀਆਂ ਚੀਜ਼ਾਂ ਹੋਰ ਪਾਉਂਦੇ ਹੈ, ਰੱਜ ਲਿਆ ਹੁਣ ਮਹਾਰਾਜ ਮੈਨੂੰ ਥਕੇਮ ਹੈ ਕੁਛ ਵਾਟਦਾ ਮੈਂ ਸੋਣਾ। ਭਗਵਾਨ ਨੇ ਆਪਦੀ ਛੇਜ ਦਿੱਤੀ, ਕ੍ਰਿਸ਼ਨ ਕਹਿੰਦਾ ਦੋਸਤ ਆਹ ਮੇਰੇ ਵਾਲੀ ਛੇਜ 'ਤੇ ਪੈ ਜਾ। ਭੋਜਨ ਦਾ ਲੱਗਿਆ ਹੋਇਆ ਨੀਂਦ ਆ ਗਈ, ਸੌ ਗਿਆ, ਰਾਤ ਦਾ ਕਾਲ ਉੱਠਿਆ, ਅਸਵੰਤ ਮਹਾਰਾਜ ਮੈਨੂੰ ਹੁਣ ਆਗਿਆ ਦੇਵੋ ਅਤੇ ਨਾਲ ਮੇਰੇ ਦੁਆਰਪਾਲ ਭੇਜੋ, ਮੈਂ ਦੁਆਰਕਾ ਵੇਖਣੀ। ਦੁਆਰਕਾ ਕੋਈ ਨਾਰਦ ਵੇਖ ਸਕਦਾ, ਹੋਰ ਕੋਈ ਨਹੀਂ ਵੇਖ ਸਕਦਾ, ਕਿਸੇ ਦੇਵਤੇ ਨੂੰ ਨਹੀਂ ਹੁਕਮ ਭਗਵਾਨ ਸੁਦਰਸ਼ਨ ਚੱਕਰ ਹੈ। ਮਹਾਰਾਜ ਮੈਨੂੰ ਜੀ ਦੁਆਰਕਾ ਨਾਰਦ ਵੇਂਦਾ ਬੜੀ ਬਲਕਸ਼ ਹੈ, ਮੈਨੂੰ ਵੀ ਵਿਖਾਓ। ਆਹਦੇ ਭਾਈ ਤੈਨੂੰ ਸਾਰੀ ਵਿਖਾਵਾਂਗੇ, ਤੂੰ ਸਾਡਾ ਯਾਰ ਹੈ ਤੈਨੂੰ ਦੁਆਰਪਾਲਾਂ ਖਾਈ ਵਿਖਾਵਾਂਗੇ ਕਿਹਨੂੰ, ਨਾਲ ਦੁਆਰਪਾਲਾਂ ਨੂੰ ਭੇਜਿਆ ਵੀ ਜਾਓ ਮੇਰੇ ਦੋਸਤ ਨੂੰ ਦੁਆਰਕਾ ਸਾਰੀ ਦਾ ਸੈਰ ਕਰਾ ਕੇ ਆਓ। ਤਾਂ ਸੁਬਾਹ ਸਾਹਿਬ ਸੁਦਾਮੇ ਦੇ ਨਾਲ ਦੁਆਰਪਾਲ ਜਾਂਦੇ ਹੈ, ਕਿਸੇ ਮੰਦਰਾਂ ਦੇ ਵਿੱਚ ਕਿੰਨਰ ਗੰਧਰਵ ਨਾਨਾ ਤਰ੍ਹਾਂ ਦੀਆਂ ਰਾਗਣੀਆਂ ਗਾਈ ਜਾਂਦੇ ਹੈ, ਕਿਸੇ ਕਿਸੇ ਜਗ੍ਹਾ ਦੇ ਉੱਤੇ ਭਗਵਾਨ ਦੇ ਲੜਕੇ ਖੇਡ ਰਹੇ ਹੈ, ਜਿੱਥੇ 56 ਕਰੋੜ ਯਾਦਵ ਵੱਸਦੇ ਆ ਉਸ ਬਾਜ਼ਾਰ ਦੇ ਵਿੱਚ ਲਾਉਂਦੇ ਹੈ, ਸਾਰੀਆਂ ਰਾਣੀਆਂ ਦੇ ਮਹਿਲ ਦੁਆਰਪਾਲ ਸੁਦਾਮੇ ਨੂੰ ਵਿਖਾ ਕੇ ਮੋੜ ਕੇ ਲਿਆਉਂਦੇ ਆ। ਦੇਖਾ ਭਲਾ ਕਹਿ ਸਕਦੇ ਸੀ ਸੁੱਤਾ ਨਾਲ ਪਰੇ ਮਰੇ ਪੈ ਪਾਟੀ ਖਗ ਮੋਲ ਰੇ ਹੂਆ ਪਰਾਤਾ ਕਾਲ ਹੋਈ ਥਕਾਵਟ ਦੂਰ ਰੇ ਲੀਨੀ ਸੁਰਤ ਸਮਾਲ। ਸੋਭਾ ਸਾਹਿਬ ਬੋਲੇ ਕੁਝ ਰਾਤੀ ਪਾਸ਼ਾ ਮੇਰੇ ਮਨ ਵਿੱਚ ਭਾਰੀ ਆ ਬਲਾ ਜਾਵੇ, ਮੇਰੇ ਮਨ ਵਿੱਚ ਭਾਰੀ ਆ ਬਲਾ ਸ਼ਾਹ। ਗੋਪੀਆਂ ਬਹੁਤ ਉਹਨਾਂ ਵਿੱਚ ਸੰਗ ਨੇ, ਗੋਪੀਆਂ ਬਹੁਤ ਉਹਨਾਂ ਵਿੱਚ ਸੰਗ ਨੇ, ਗੁਰਦੁਆਰਕਾ ਦੇ ਦੇਖਦਾ ਮਹਿਲ ਰੰਗ ਲਿਓ, ਦੁਆਰਕਾ ਦੇ ਦੇਖਦਾ ਮਹਿਲ ਰੰਗ ਲਿਓ। ਭੇਜਣ ਨਾਲ ਸਵਾਮੀ ਨੇ ਦੁਆਰ ਪਾਲਾਂ ਨੂੰ ਮੰਦਰਾਂ ਚ ਕਿੰਨਰ ਵਜਾਉਂਦੇ ਤਲ ਨੂੰ, ਮਾਰਦੇ ਗੁਰਾਰੀਆਂ ਨੂੰ ਵੱਲ ਟੰਗ ਲੇ, ਦੁਆਰਕਾ ਨੇ ਦੇਖਦਾ ਮਗਲ ਰੰਗ ਲਿਓ, ਦੁਆਰਕਾ ਨੇ ਦੇਖਦਾ ਮਗਲ ਰੰਗ ਲੇਖ ਲੈ ਬਜਾਰ ਦੁਆਰ ਪਾਲ ਦੱਸਦੇ 56 ਕਰੋੜ ਜਿੱਥੇ ਯਾਦੋ ਵੱਸਦੇ, 56 ਕਰੋੜ ਜਿੱਥੇ ਯਾਦੋ ਵੱਸਦੇ। ਮਾਰਦੇ ਜਲਦ ਜਿਹੜੇ ਆ ਕੇ ਖੰਘਲੇ, ਮਾਰਦੇ ਜਲਦ ਜਿਹੜੇ ਆ ਕੇ ਖੰਘਲੇ, ਦੁਆਰਕਾ ਦੇ ਦੇਖਦਾ ਮਹਿਲ ਰੰਗ ਲਿਓ, ਦੁਆਰਕਾ ਦੇ ਦੇਖਦਾ ਮਹਿਲ ਰੰਗ ਲਿਓ। ਵੇਖ ਲੈ ਕ੍ਰਿਸ਼ਨ ਦੇ ਕਰੋੜਾਂ ਲਟਕੇ, ਕਰਦੇ ਨ ਖੇਲ ਜੀ ਸਮਾਨ ਨੱਟ ਕੇ, ਸਾਰੇ ਨੇ ਮਜ਼ੂਰ ਫੰਗਲੇ, ਦੁਆਰਕਾ ਦੇ ਦੇਖਦਾ ਮਹਿਲ ਰੰਗ ਲਿਓ, ਦੁਆਰਕਾ ਦੇ ਦੇਖਦਾ ਮਹਿਲ ਰੰਗ ਲਿਓ। ਸਾਰੀਆਂ ਦੇ ਵਿੱਚੋਂ ਰਾਜਕਾ ਹੈ ਕਿੰਦਰੀ, ਸੱਤ ਪਾਵਾਂ ਜਾਮਾ ਵੰਤਨੀ ਕਲਿੰਦਰੀ, ਸੱਤ ਪਾਵਾਂ ਜਾਮਾ ਵੰਤਨੀ ਕਲਿੰਦਰੀ। ਇਹਨਾਂ ਦੇ ਨਨਾਨ ਕਾਨ ਸ਼ਾਮ ਡੰਗ ਲੇ, ਇਹਨਾਂ ਦੇ ਨਨਾਨ ਕਾਨ ਸ਼ਾਮ ਡੰਗ ਲੇ, ਦੁਆਰਕਾ ਦੇ ਦੇਖਦਾ ਮਹਿਲ ਰੰਗ ਲਿਓ, ਦੁਆਰਕਾ ਦੇ ਦੇਖਦਾ ਮਹਿਲ ਰੰਗ ਲਿਓ। ਮਾਧੋ ਨਾਲ ਪੜੀ ਹੈ ਪਰੀ ਦੇਸ ਦੀ, ਮਾਧੋ ਨਾਲ ਪੜੀ ਹੈ ਪਰੀ ਦੇਸ ਦੀ, ਜਮਨਾ ਸਮਝ ਪੁੱਤਰੀ ਦਿਨੇਸ ਦੀ। ਕਹਿ ਮੰਦ ਚਿਰ ਰਤਨ ਤਰੰਗ ਲੇ,
ब्रह्मांड चीर ले तरंग ले द्वार कांदे देखता मगैल रंग ले द्वार कांदे देखता मगैल रंग ले फिरतियां सी शाम दे मगर पत्तियां सत्या ते पत्राम से लकियां सत्या ते पत्राम से लकियां हो जी विहारत रंग ले द्वार कांदे देखता मगैल रंग ले द्वार कांदे देखता मगैल रंग ले रंग है सुनहरी तूरा चमकार दे तू वेख लै महल भीष्म कुमार दे वेख लै महल भीष्म कुमार दे कैसे कारीगर दे बनाए चंद ने द्वार कांदे देखता महल रंग ले सारिया दे विचो मन्निया सियानिया सारिया दे विचो मन्निया सियानिया दस दिया तैनू अठ पट राणिया वड्डी सारिया दे पाए बंगले द्वार कांदे देखदा महल रंग ले द्वार कांदे देखदा महल रंग ले बिजली समान आसमानो गिरदी साले वंडी नचदी गरीबी फिरदी ਸਾਡੇ ਵੰਨੀ ਨੱਚਦੀ ਗਰੀਬੀ ਫਿਰਦੀ ਕਰ ਤੇ ਹਜ਼ਾਰਾਂ ਮੇਰੇ ਜਿਹੇ ਕੰਗਲੇ ਉਦਾਰ ਕਾਂਦ ਦੇਖਦਾ ਮਹਿਲ ਰੰਗਲੇ ਦਵਾਰ ਕਾਂਦ ਦੇਖਦਾ ਮਹਿਲ ਰੰਗਲੇ ਕਿਸੀ ਕਿਸੀ ਜਗ੍ਹਾ ਤੇ ਮੱਲਾਂ ਦੇ ਖਾਣੇ ਐ ਦੇਖੇ ਦੇ ਖਰਾ ਤਾਂ ਕਮਰਿਆਂ ਚ ਵਾੜੇ ਐ ਵੱਡੇ ਪਹਿਲਵਾਨ ਦੇ ਬਣਾਏ ਦੰਗਲੇ ਵੱਡੇ ਪਹਿਲਵਾਨ ਦੇ ਬਣਾਏ ਦੰਗਲੇ ਉਦਾਰ ਕਾਂਦ ਦੇਖਦਾ ਮਹਿਲ ਰੰਗਲੇ ਦਵਾਰ ਕਾਂਦ ਦੇਖਦਾ ਮਹਿਲ ਰੰਗਲੇ ਪੰਡਤਾ ਪੁਰੀ ਏ ਪੁਰਸ਼ ਫਲਾਤੂ ਦੀ ਪ੍ਰੇਮ ਨਾਲ ਰਚੀ ਆ ਅਸ਼ਟ ਧਾਤੂ ਦੀ ਪ੍ਰੇਮ ਨਾਲ ਰਚੀ ਆ ਅਸ਼ਟ ਧਾਤੂ ਦੀ ਉੱਚੇ ਸੁਣ ਦੇ ਕਲਸ ਟੰਗਲੇ ਉੱਚੇ ਉੱਚੇ ਸੁਣ ਦੇ ਕਲਸ ਟੰਗਲੇ ਦਵਾਰ ਕਾਂਦ ਵੇਖਦਾ ਮਹਿਲ ਰੰਗਲੇ ਗੁਜਰਾਤੀ ਭਾਸ਼ਾ ਲਹਿਦਾ ਕੁਛ ਗੁਜਰਾਤ ਦੇ ਗੇੜ ਦਾ ਸੀ ਸੁਦਾਮਾ ਸੁਭਾ ਸਾਰ ਬੋਲੇ ਗੁਜਰਾਤੀ ਭਾਸ਼ਾ ਹੈ ਮੇਰੇ ਮਨ ਵਿੱਚ ਭਾਰੀ ਅਭਿਲਾਸ਼ਾ ਹੈ ਗੋਪੀਆਂ ਹਜ਼ਾਰਾਂ ਉਹਨਾਂ ਵਿੱਚ ਸੰਗਲੇ ਮਹਾਰਾ ਦੁਆਰਕਾ ਦੇ ਵੇਖਣੇ ਮਹਿਲ ਮੈਨੂੰ ਮਹਾਰਾ ਦੁਆਰਕਾ ਦੇ ਮਹਿਲ ਵਿਖਾਓ ਭਗਵਾਨ ਨੇ ਨਾਲ ਦੁਆਰਪਾਲਾਂ ਨੂੰ ਭੇਜਿਆ ਭੇਜਿਆ ਨਾਲ ਸਵਾਮੀ ਨੇ ਦੁਆਰਪਾਲਾਂ ਨੂੰ ਮੰਦਰਾਂ 'ਚ ਕਿੰਨਰ ਵਜਾਉਂਦੇ ਤਾਲਾਂ ਨੂੰ ਫੇਰ ਦੇ ਗਰਾਨੀਆਂ ਅਵੱਲੇ ਟੰਗ ਕਿੰਨਰ ਗੁਲਾਰਵਾ ਨਾਨਾ ਤਰ੍ਹਾਂ ਦੇ ਗਰਾਨੀਆਂ ਔਰ ਮੁਰਗੀਆਂ ਫੰਦੇ ਮਾਰਦੇ ਰਾਗ ਹੋ ਰਿਹਾ ਵੇਖ ਲੈ ਕ੍ਰਿਸ਼ਨ ਦੇ ਅਨੇਕਾ ਲੱਗ ਕੇ ਕਰਦੇ ਨੇ ਖੇਲ ਜੀ ਸਮਾਨ ਨੱਟ ਕੇ ਮੁਗਟਾਂ ਚ ਸਾਰਿਆਂ ਦੇ ਮਯੂਰ ਫੰਗ ਲੈ ਮਯੂਰ ਮਾਰੇ ਮੋਰ ਮੋਰ ਦੇ ਫੰਗ ਕ੍ਰਿਸ਼ਨ ਦੇ ਲੜਕਿਆਂ ਦੇ ਸਾਰਿਆਂ ਦੇ ਮੁਗਟਾਂ ਦੇ ਵਿੱਚ ਟੰਗੇ ਵੇਖ ਲੈ ਬਾਈ ਉਹ ਬ੍ਰਾਹਮਣਾ ਕ੍ਰਿਸ਼ਨ ਦੇ ਸਾਰੇ ਲੜਕੇ ਸਾਰੀਆਂ ਦੇ ਵਿੱਚੋਂ ਰਾਤ ਕਾ ਹੈ ਕੇਂਦਰੀ ਸੱਤ ਭਾਵਾਂ ਜਾਮਾ ਬਖਸ਼ਣੀ ਕਲਿੰਦਰੀ ਸਾਰੀਆਂ ਦੇ ਵਿੱਚ ਕੇਂਦਰ ਕੌਣ ਆ ਵੱਡੀ ਰਾਤ ਹੈ ਰਾਧੇ ਨਾਲ ਹੀ ਨਾਮ ਜਪਿਆ ਜਾਂਦਾ ਕ੍ਰਿਸ਼ਨ ਰਾਧੇ ਸ਼ਾਮ ਰਾਧੇ ਸ਼ਾਮ ਵੇਖ ਲੈ ਬਾਜ਼ਾਰ ਤਰਾਰ ਪਾਲ ਵਸਦੇ 56 ਕਰੋੜ ਜਿੱਥੇ ਯਾਦਵ ਵਸਦੇ 56 ਮਾਨੇ 56 ਕਰੋੜ ਯਾਦਵ ਇੱਥੇ ਰਹਿੰਦੇ ਬਾਜ਼ਾਰ ਸਾਰਾ ਉਹਨਾਂ ਦਾ ਹੀ ਮਾਰਦੇ ਜਲਦ ਜਿਲ੍ਹਾ ਆ ਕੇ ਖੰਘ ਲੈ ਵੀ ਇੱਥੇ ਕਿਸੇ ਨੂੰ ਆਉਣ ਨਹੀਂ ਦਏ ਤੂੰ ਭਗਵਾਨ ਦਾ ਯਾਰਾਂ ਤੈਨੂੰ ਤਾ ਲੈਂਦਾ ਹੋਰ ਨਹੀਂ ਆਪਾਂ ਆ ਸਕਦੇ ਸੀ ਇੱਥੇ ਸਾਰੀ ਕੀਰੇ ਰਤਨ ਤੁਰੰਗਲੇ ਦਵਾਰਕਾ ਦੇ ਵੇਖਦਾ ਮਹਿਲ ਰੰਗਲੇ ਫਿਰਦੀਆਂ ਸੀ ਸ਼ਾਮ ਦੇ ਮਗਰ ਪੜਕੀਆਂ ਪੱਧਰਾਂ ਤੇ ਸੱਤਿਆ ਮਸੇਰ ਲੱਗੀ ਪੜਤਾ ਆਹ ਪੱਧਰਾਂ ਦਾ ਮਹਿਲ ਹੈ ਆਹ ਸੱਤਿਆ ਦਾ ਹੈ ਇਹ ਕ੍ਰਿਸ਼ਨ ਦੀਆਂ ਮਾਸੀ ਦੀਆਂ ਧੀਆਂ ਇਹੋ ਜਿਹੇ ਵਿਹਾਰਾਂ 'ਚ ਆਵਾਹਾਂ ਰੰਗਲੇ ਜਿਸ ਤਰ੍ਹਾਂ ਦੀ ਇੱਛਾ ਹੁੰਦੀ ਸੀ ਨਾ ਉਸੇ ਤਰ੍ਹਾਂ ਸ਼ਾਦੀ ਕਰਾ ਲੈਂਦੇ ਆ ਉਹ ਭਗਵਾਨ ਭਗਤ ਦਾ ਕਾਰਜ ਨਹੀਂ ਮੋੜਦੇ ਔਰ ਮ੍ਰਿਤਾ ਆਹ ਮਿੱਤਰ ਬ੍ਰਿੰਦਾ ਦਾ ਮਹਿਲ ਹੈ ਇਹ ਲਕਸ਼ਮਣਾ ਦਾ ਮਹਿਲ ਹੈ ਆਹ ਸਤ ਭਾਵਾਂ ਦਾ ਮਹਿਲ ਹੈ ਆਹ ਕਾਲਿੰਦੀ ਦਾ ਮਹਿਲ ਹੈ
आ जामावंत जी का महल है, रंग है सुनहरी दूरों चमकार दे, वेख लै महल भीष्म कुमार दे, भीष्म कुमार कोला रुक्मणी ते सुनहरी रंग का महल रुक्मणी का सियां दे विचों बनियां सियाणियां दस तियां तैनू अठ पटवाणियां वेखला भाई अड्डो अड्डी सारियां दे पाए बंगले लहदा लहदा इन्हां दे मकान वाला सुधारना पहला बिजली समान आसमानों गिरती साधे बनी नचती गरीबी फिरती करते हजारा मेरे जैसे कंगले वाह वी वाह वाला आ तो थोड़े पूरी च किडिया किडिया रुदिया सिद्धिया साधे बनी ना गरीबी नचती फिरती वाला करते हजारा मेरे जैसे कंगले होर भी मेरे जैसे कंगाल बने फिरते हैं पंडता पूरी ये पुरुष फलाती फलाती कौन है कृष्ण प्रेम नाले रची है अष्ट धातु अठ धातुओं की तांबे की सोने की पित्र की चांदी की गिल्ट की इत्यादि आइए अठ धातुओं की बनी हुई है उच्चे उच्चे सोने के कलश टंग सोने के कलश उच्चे उच्चे चहू पर जो गेट है बने उत्ते टंगे हुए हैं इसका नाम द्वारका है वेख ली वाला भी चित भरपूर हो गया है मैं ले चलो तो भगवान के कोल सुधामे गए हूँ सुधामा कहता महाराज हम चले कभी है बसंसवरी वो आपकी चाह चुकी के तैयार हो जाए कविता दो चार रह गई उदू समाप्ति हो जू इतने पहुंचा जे बैठे तब भी आज मैं चाह भी बना सुधामे को आए हूँ महाराज मैं आज्ञा दे दौ मैं आपके द्वार के नगरी में चलिया जावा वो आदि नहीं तेनू आज्ञा नहीं तू तो यार द्वारकन सुनाई देखा सारी सुखावान के नहीं महाराज तुम्हारा दर्शन कर लिया एक सुधामा कृष्ण को आपके नगरी में आने की इजाजत मांगता देखा माला कैसे भगत सुधामा कै मदा उदय हुए ममलेखा पूरी विलक्षण है बड़ी लई आसान देखा ओ जामा मैं बिहारे अद्भुत देख चरित्र दे ठीक हुंदा नी जांदे घर विच रहना मित्र दे नंद लाल हाल देखा जा कर रहावड़ा मेल रेल जाती है इस जन की करके तुम्हारा दर्श वास ना मिलगी तन मन की ओ इतना रहूं प्यार यार आखिर तक मर जाना यार आखिर तक मर जाना आज्ञा दे नंद लाल हाल देखा जा कर मित्र दी खत्म होम दाहे मरहे फिर चांदी मित्र दी ओ बड़ी नमानी औखी दाग खुल जांदा पर जाना आज्ञा दे नंद लाल हाल देखा जा कर जाना ओ इतना किया स्वागत मैं कुछ कह नहीं सकदा हां आके द्वारे उते तुम्हारे उसे हकदा हां ओ हलवा भोग लगाया जर जाना भोग लगाया जर जाना आज्ञा दे नंद लाल हाल देखा जा कर जाना ओ हमरे घर विच यार कड़ा एक पानी फोके दा कह के तुझे सुनावा की मैं फिक्र पिछोके दा ओ ज्यादा चिरदा रहना ये कम सर दे बरद इतना रहूं प्यार यार आखिर तक मर जाऊंगा जिन्ना तक मेरा शरीर है या तेरा इतना प्यार है नहीं रहूंगा इतना किया स्वाद कोई मैं कुछ कह नहीं सकता हाँ तरह तरह के भोजन मैं मठियाइया छकदा खीर पनीरी हलवा भोग लगाया जरदा का आग्या दे नंद लाल हाल देखा जा कर देना मारा कोई कसर छड़िए तुसीं खीर पनीरी सोना हलवा मसा के फेरे बहुत महान पाए हमारे घर
ਘਰ ਵਿੱਚ ਯਾਰ ਘੜਾ ਇੱਕ ਪਾਣੀ ਫੋਕੇ ਦਾ, ਮੇਰੇ ਘਰ ਦਾ ਦੋਸਤ ਇੱਕ ਪਾਣੀ ਦਾ ਘੜਾ ਹੀ ਹਮਲੇ ਘਰ ਵਿੱਚ ਯਾਰ ਘੜਾ ਇੱਕ ਪਾਣੀ ਫੋਕੇ ਦਾ, ਕਹਿ ਕਹਿ ਤੁਝੇ ਸੁਣਾਵਾਂ ਕੀ ਮੈਂ ਫਿਕਰ ਪਿਛੋਕੇ ਦਾ, ਤੈਨੂੰ ਕੀ ਸੁਣਾਵਾਂ ਮੈਨੂੰ ਕੁਛ ਫਿਕਰ ਪਿਛਲਾ ਵੀ ਹੈ ਕਿਉਂ ਜ਼ਿਆਦਾ ਚਿੱਚਾ ਰਹਿਣਾ ਇਹ ਕੰਮ ਸਰਦਿਆਂ ਵਰਦਿਆਂ ਦਾ, ਕਾਕਿਆ ਦੇ ਮੰਦ ਲਾਲ ਹਾਲ ਦੇਖਾਂ ਜਾ ਕਰਦਿਆਂ ਦਾ, ਰੋਜ਼ ਮਿਲਾਵੇ ਹਾਥ ਪ੍ਰੀਤ ਘੱਟ ਜਾਂਦੀ ਮਿੱਠੇ ਦੀ, ਰੋਜ਼ ਮਿਲਣੇ ਕਰਕੇ ਹੱਥ ਜੋੜਾ ਕਰੇ ਉਹ ਯਾਦ ਜਾਗ ਨਹੀਂ ਦੇ, ਖਤਮ ਹੋਣ ਦਾ ਹੇਵ ਰਹੇ ਫਿਰ ਚਾਂਦੀ ਮਿੱਤਰ ਜਿੱਥੇ ਸਮਾਨਾ ਨਾ ਉਹ ਇਹਨਾਂ ਭਾਵੇਂ ਦਾ ਚਾਂਦੀ ਰਹਿ ਜਾਂਦੀ ਮਹਾਰਾਜ ਕਿਤੇ ਫੇਰ ਬਣਾਵੇ ਆ ਗਿਆ ਜੇ ਲੋਕਾਂ ਤੋਂ ਹਟ ਗਈ ਭਜਨ ਉਹਦੀ ਕੀਤੀ ਹਰ ਹਰ ਨੇ ਕੋਈ ਰਿਜਕ ਤੋਂ ਹੀਨ ਬਾਂਹ ਨਹੀਂ ਫਿਰਦੀ ਦਰ ਦਰ ਨੇ ਬੁਰਾ ਹੋ ਗਿਆ ਹਾਲ ਜਵਾਬ ਤੁਸੀਂ ਇਹ ਭਾਗਿਆਂ ਦਾ ਆਗਿਆ ਦੇ ਮਨ ਲਾਲ ਹਾਲ ਦੇਖਾਂ ਜਾ ਕਰਦਿਆਂ ਦਾ ਮਹਾਰਾਜ ਮੈਨੂੰ ਆਗਿਆ ਮਿਲ ਜਾਏ ਮੈਂ ਚਲਿਆ ਜਾਵਾਂ ਮਹਾਰਾਜ ਨਹੀਂ ਸੁਣੀ ਗੱਲ ਯਾਰ ਦੀ ਹੈ ਯਾਰ ਨੇ ਹਿਲਾਇਆ ਸਹਿ ਤੁਸਾਂ ਤੋਂ ਬਗੈਰ ਕਿਤੇ ਲੱਗਣਾ ਨਹੀਂ ਮੇਰਾ ਹੈ ਇੱਕ ਦੋ ਦਿਨਾਂ ਦੇ ਵਿੱਚ ਹੋ ਗਿਆ ਤਾਂ ਉਹ ਵਾਰਤਾ ਦਾ ਵੀਰ ਸਾਹਿਬ ਫਿਰ ਕੇ ਛਪੇਰਾ ਹੈ ਪਿਸ ਤੇ ਬਦਾਮ ਵੀ ਲੈ ਘੋਟ ਕੇ ਪ੍ਰੇਮ ਨਾਲ ਟੁਕੜਿਆਂ ਰੁੱਖਾਂ ਦੇ ਵਿੱਚ ਰਹਿੰਦਾ ਕਿਆ ਸੇਰਾ ਹੈ ਉਹ ਪਿਛਲਾ ਫਿਰ ਸਾਰਾ ਛੱਡ ਦੇ ਕੁਮਾਰ ਸਿੰਘ ਉਹਨਾਂ ਆ ਗਿਆ ਮਹਾਰਾਜ ਸੇਰਾ ਹੈ ਪਹਿਲਾਂ ਮੈਨੂੰ ਪਿਛਲਾ ਫਿਰ ਉਹ ਲੜਾ ਫਿਰ ਛੱਡ ਦੇ ਉਹਨਾਂ ਕੋਲ ਦੋ ਲੋਕ ਦੀ ਮਾਇਆ ਲਾ ਦੀ ਰਾਤ ਰਾਤ ਵਿਸ਼ਕਰਮਾ ਨੂੰ ਲਵਾ ਨਹੀਂ ਕਰਦਾ ਉੱਥੇ ਜਾ ਕੇ ਸਵਰਨ ਦੀ ਕੁੜੀ ਰਾਜਦੇ ਰਾਤ ਤੇ ਰਾਤ ਵਿਸ਼ਕਰਮਾ ਨੇ ਜਿੱਥੇ ਝੁਕੀ ਸੀ ਸੁਧਾਰਾਂ ਦੀ ਸਵਰਨ ਦੀ ਕੁੜੀ ਬਣਾ ਦੀ ਉੱਤੇ ਪਹਿਲਾ ਲਾ ਦੇ ਜਿਤਨੀ ਸੰਪਤੀ ਦੋ ਲੋਕਾਂ ਦਾ ਉਤਨੀ ਧਰਤੀ ਉਹ ਆਉਣਾ ਉਹਨਾਂ ਕੋਲ ਬਹੁਤ ਪ੍ਰਾਰਥਨਾ ਹੈ ਦੋਸਤ ਤੂੰ ਮੇਰੇ ਕੋਲ ਰਹਿ ਪਿਛਲਾ ਫਿਕਰ ਨਾ ਕਰ ਨਹੀਂ ਕਹੇ ਸੁਣਾਵਾ ਕ੍ਰਿਸ਼ਨ ਪੁਜਾਰੀ ਆਗਿਆ ਦੇ ਮੁਝਕੋ ਗਿਰਦਾਰ ਜੇ ਮੈਂ ਇੱਥੇ ਰਾਤ ਲੜਾਈ ਤੇਰੀ ਲੜੂ ਬਹੁਤ ਭਰਜਾਈ ਜੇ ਮਾਤਾ ਤੇਰੀ ਕੋਈ ਰਹਿੰਦਾ ਮੇਰੀ ਭਰਜਾ ਤੇਰੀ ਭਰਜਾਈ ਲੜੂ ਵੀ ਤੂੰ ਇੰਨੇ ਦਿਨ ਕਿੱਥੇ ਲਾ ਆਇਆ ਕਿੱਥੋਂ ਬਹਿ ਕੇ ਪੇਸ਼ ਬੁਲਾ ਦੇ ਕਰਦੇ ਵਿੱਚ ਗਰੀਬੀ ਜਾ ਤੇਰਾ ਕਈ ਕਹੇ ਕਰ ਸ਼ਾਮਾ ਹੱਥ ਜੋੜ ਕੇ ਕਰੇ ਸੁਧਾ ਤੇਰਾ ਦਾ ਮਾਰਾ ਧਰਤੀ ਪਾਰ ਨੂੰ ਕਈ ਮਿਲ ਰਹੇ ਉਹ ਮੈਨੂੰ ਆਗਿਆ ਦੇ ਦੇ ਜਾਣ ਵਾਸਤੇ ਜਦੋਂ ਸਕੀਮ ਕੀਤੀ ਇਕੱਠਾ ਤੇਲ ਦਾ ਸਭੀ ਪਰਿਵਾਰ ਹੋਇਆ ਚਰਨੀ ਹੱਥ ਲਗਾਏ ਪਟਾਣੀਆਂ ਨੇ ਜੇਲ ਜਾਣ ਦੇ ਵਾਸਤੇ ਤਿਆਰ ਹੋਇਆ ਉਹਦੇ ਕੋਲ ਨੇ ਕ੍ਰਿਸ਼ਨ ਬਲਦੇਵ ਦੋਵੇਂ ਬੇਲਾ ਜਾਣਦਾ ਸਾਡਾ ਤਿਆਰ ਹੋਇਆ ਪਾ ਕੇ ਜੱਫੀਆਂ ਦੋਵੇਂ ਮਿਲੇ ਭਾਈ ਉਸ ਸਮੇਂ ਸੀ ਬੜਾ ਪਿਆਰ ਹੋਇਆ ਨਾਲ ਕ੍ਰਿਸ਼ਨ ਦੇ ਸਾਰਾ ਪਰਿਵਾਰ ਹੋਇਆ ਬਹਿ ਕੇ ਬੇੜੀ ਤੇ ਨਦੀ ਤੋਂ ਪਾਰ ਹੋਇਆ ਪੈ ਗਿਆ ਭੁੱਲ ਕੇ ਤੇ ਕਿਸੇ ਹੋਰ ਰਸਤੇ ਭਿਆਨ ਭੀਲਾ ਦਾ ਅਬੂ ਦਾਰ ਹੋਇਆ ਤਨ ਤੇਲ ਦੇ ਲਏ ਉਤਾਰ ਰਸਤੇ ਵਿੱਚ ਜੰਗਲਾਂ ਦੇ ਬੜਾ ਖੁਆਰ ਹੋਇਆ ਜਿਹੜਾ ਆਉਂਦਾ ਸੀ ਲਿਆ ਮਿਹਰਬਾਨ ਤੁਰਿਆ ਜਾਂਦਾ ਹੈ ਸ਼ਰਮਸ਼ਾਰ ਹੋਇਆ ਕਈਆਂ ਦਿਨਾਂ ਪਿੱਛੋਂ ਆਗਾ ਵੀਰ ਚੰਗਾ ਪੂਰੀ ਸਵਾਦ ਦੀ ਨਹੀਂ ਗਏ ਜਾਣ ਭਗਵਾਨ ਬੇੜੀ ਤੇ ਜਾ ਕੇ ਤੋਂ ਮਾਨ ਲੱਗੋ ਤਾਂ ਕਿਸੇ ਵਿਗੜੇ ਰਸਤੇ ਹੋਰ ਪਹਿਲਾਂ ਜਿੱਥੇ ਭੀਲਾ ਦਾ ਦੇ ਸੀ ਭੁੱਲ ਕੇ ਉਹ ਤੋਂ ਪੈ ਗਿਆ ਉਹ ਭੀਲ ਭੁੱਖੇ ਮਰਦੇ ਸੀ ਉਹਨਾਂ ਨੇ ਆਖੇ ਬੜਾ ਸੁਣਦੇ ਕੁਛ ਸਿਰ ਤੇ ਮੁੰਡਾ ਸਵਾਰਨ ਦਾ ਮੇਰੀ ਚੁੜੀ ਕਿਧਰ ਗਈ ਇਸ ਕਰਕੇ ਬਾਦਸ਼ਾਹ ਨੇ ਆ ਕੇ ਸਵਾਰਨ ਨੂੰ ਕੁੜੀ ਬਣਾ ਲਈ ਉਹਨਾਂ ਨੂੰ ਪੁੱਛਦਾ ਭਾਈ ਕੌਣ ਸੀ ਇੱਥੇ ਇੱਕ ਮੇਰੀ ਛੋਟੀ ਜੀ ਝੁਕੀ ਸੀ ਇੱਥੇ ਪੂਰੀ ਬਣਾਈ ਬੈਠੀ ਹੈ ਪਾ ਕੇ ਇਹ ਸਾਰਾ ਦੱਸੋ ਮੇਰੀ ਬ੍ਰਹਿਮ ਮੇਰੇ ਦਵਾਰ ਬਣੇ ਕਹਾਂ ਚਲੇ ਗਏ ਉਹ ਦਵਾਰ ਬੰਦਾ ਨੂੰ ਆਣ ਕੇ ਰੰਧਾਵਾ ਪੁੱਛਦਾ ਦੇਖਾ ਦਾ ਲਾ ਕਹਿ ਦਵਾਰ ਬਾਗ ਗਤੇ ਗਏ ਕਰੇ ਸਦਾਨਾ ਬਿਆਨਾ ਕਿਸਦੇ ਮੰਦਰ ਪੈ ਗਏ ਮੇਰਾ ਕਹਾ ਮਕਾਨ ਦੱਸ ਕਿੱਥੋਂ ਜਮਣੀ ਮੇਰੀ ਆ ਕੇ ਗਲਤੀ ਕਿਸੇ ਨੇ ਬਣਨੀ ਉਹ ਉਲਗੇ ਬਾਗ ਬਾਗ ਕਿਵੇਂ ਸਾਰੇ
ਉਹ ਕਮਾਨ ਚੰਜਲੇ ਕਈਏ ਮਕਾਨ ਵਿੱਚ ਅੱਖ ਮੰਜਲੇ ਦੇ ਪੱਖੇ ਦੇ ਮਰੇ ਬਹਾਰੇ ਮਤੀ ਮੁੜਨੇ ਪੈਂਦੇ ਚਮਕਾਰੇ ਤਵੇਲਿਆਂ ਚ ਹਾਥੀ ਕੋਲੇ ਜਿੱਤੇ ਨਾ ਰਹਿਣ ਮੱਝੀਆਂ ਦੇ ਕੋਲੇ ਅੱਗੇ ਕਢਵਾਏ ਉੱਤੇ ਨਿਆਰੇ ਨਿਆਰੇ ਹਿਮਤੀ ਪੁਰਨੇ ਪੈਂਦੇ ਚਮਕਾਰੇ ਉਹ ਸੀਲੋ ਪਾਵੇ ਚਾਂਬੜਾ ਭਰੀ ਵੀ ਕੂਮਾਂ ਦੀ ਸੁਣ ਲਈ ਪਕਾਰ ਬੱਚਿਆਂ ਮਸੂਮਾਂ ਦੀ ਕੌਮ ਅੱਗੇ ਗੱਲਾਂ ਚ ਲੈ ਲੈਂਦੇ ਹਲਾਰੇ ਹਿਮਤੀ ਪੁਰਨੇ ਪੈਂਦੇ ਚਮਕਾਰੇ ਇੱਕ ਨਵੀਂ ਰਚੀ ਹੈ ਸੋਦਾਮੇ ਦੀ ਪੂਰੀ ਦੇਖ ਕਿਵੇਂ ਜਾ ਰਹੇ ਰੰਗ ਦੇਖ ਕਿਵੇਂ ਜਾ ਰਹੇ ਹਿਮਤੀ ਪੂਰੀ ਦੇ ਪੈਂਦੇ ਚਮਕਾਰੇ ਹਿਮਤੀ ਪੂਰੀ ਦੇ ਪੈਂਦੇ ਚਮਕਾਰੇ ਸਵਾਸਾ ਜੀ ਦੇ ਕਈ ਨੇ ਮਕਾਨ ਵਿੱਚ ਅੱਖ ਮੰਜਲੇ ਮਿਲਾਲੀ ਦੇ ਸਮਾਨ ਚੰਜਲੇ ਕੂਲਰ ਦੇ ਪੱਖੇ ਦੇਵ ਦੇ ਪਹਾੜੇ ਹੈ ਹੇਮਦੀ ਪੁਰੀ ਦੇ ਪੈਂਦੇ ਚਮਕਾਰੇ ਸੁਣ ਲਈ ਪੁਕਾਰ ਬੱਚਿਆਂ ਨੂੰ ਸੁਮਾਂ ਦੀ ਸੀਲੋ ਪਾ ਕੇ ਚਾਨਣਾ ਭਰੇ ਵੀ ਕੂਮਾਂ ਘਿਓ ਕੇ ਕਰਨਾ ਤੇ ਦੇਵ ਦੇ ਹਲਾਰੇ ਹੇਮਦੀ ਪੁਰੀ ਦੇ ਪੈਂਦੇ ਚਮਕਾਰੇ ਹੈ ਦੂਰ ਦੂਰ ਤਾਈ ਇਹ ਕਹਾਣੀ ਹੈ ਪੁਰੀ ਇੱਕ ਰਚੀ ਇੱਕ ਨਵੀਂ ਰਚੀ ਹੈ ਸੁਦਾਮੀ ਦੀ ਗੈਸਾਂ ਦੇ ਰੋਣ ਦੇ ਮੱਧਮ ਤਾਰੇ ਉਹਦੇ ਉੱਤੇ ਲਿਖਿਆ ਸੁਦਾਮਾ ਪੁਰੀ ਉਹ ਆਖ ਵੀ ਤੂੰ ਕੌਣ ਆ ਉੱਥੇ ਪੜ੍ਹ ਕੇ ਵੇਖ ਕੀ ਲਿਖਿਆ ਕਿਰਪਾ ਹੈ ਭਾਈ ਇਹ ਮੰਨੂ ਮਾਮੇ ਦੀ ਪੜ੍ਹ ਕੇ ਤੂੰ ਵੇਖ ਲੈ ਪੂਰੀ ਸੁਦਾਮੇ ਦੀ ਇਹ ਕੋਈ ਸੁਦਾਮਾ ਨਾਮ ਦਾ ਰੰਗ ਹੈ ਚਿਰਨਾ ਲਗਾਇਆ ਹੋ ਗਿਆ ਤਾਂ ਰਾਤ ਨੂੰ ਆ ਕੇ ਵਿਸ਼ਕਰਮਾ ਬਣਾ ਗਿਆ ਉਹਨੇ ਰਾਤੇ ਰਾਤ ਵਿਸ਼ਕਰਮਾ ਨੇ ਇਹਦੇ ਉੱਤੇ ਸੁਦਾਮਾ ਪੂਰੀ ਲਿਖ ਕੇ ਚਲਾ ਗਿਆ ਸਾਰੀ ਜ਼ਿੰਦਗੀ ਉਸ ਦੀ ਹੈ ਰਚਿਆ ਮਕਾਨ ਬੇਸ਼ੁਮਾਰ ਪੁਰੀ ਦਾ ਪਰ ਦੱਸਿਆ ਨਾ ਜਾਂਦਾ ਵਸਤਾਰ ਪੁਰੀ ਦਾ ਗੈਸਾਂ ਮੁਰੇ ਨਾ ਫਿਰ ਨਾ ਲਗਾਇਆ ਹੋ ਗਿਆ ਪਰਾਤ ਨੂੰ ਆ ਕੇ ਵਿਸਕਾ ਨਾ ਬਣਾ ਗਿਆ ਰਾਤ ਨੂੰ ਦੇਖਿਆ ਕਿਤੇ ਫਿਰਦਾ ਨਿਭਾਗ ਸਵਾਮੀ ਨੇ ਮਾਇਆ ਦੇ ਲਗਾ ਦੇ ਘਰੇ ਬਾਗ ਸਵਾਮੀ ਨੇ ਪਰ ਬਹੁਤ ਕੁਛ ਦਿੱਤਾ ਬ੍ਰਾਹਮਣ ਦੀ ਰਾਤ ਨੂੰ ਆ ਕੇ ਵਿਸਕਰਨਾ ਬਣਾ ਗਿਆ ਰਾਤ ਨੂੰ ਇੱਕ ਜਗ੍ਹਾ ਇਹ ਕਰਦੇ ਭਾਈ ਆ ਜਾਣ ਕ੍ਰਿਸ਼ਨ ਦਾ ਗੁਰ ਭਾਈ ਆ ਉਹ ਭਾਲ ਕੇ ਲਿਆਏ ਸੀ ਗੁਰੂ ਦੇ ਬਾਪ ਦਾ ਉਹ ਅੱਗੇ ਪੜ੍ਹ ਕੇ ਤੇ ਭਾਲ ਕੇ ਲਿਆਏ ਸੀ ਸ਼ਾਮ ਦੇ ਵਿੱਚ ਚਿੱਤੀ ਆ ਰਹੀ ਹੈ ਹੁੰਦੀ ਹੈ ਦੁਖੀ ਮੇਰੀ ਪਰਜਾਈ ਹੈ ਪਰ ਕਹਿ ਲਿਆ ਜੇ ਮਰ ਗਿਆ ਉਹ ਸੁਸ਼ੀਲਾ ਪਾਤ ਨੂੰ ਪਾ ਕੇ ਵਿਸ਼ਕਰਮਾ ਬਣਾ ਗਿਆ ਰਾਤ ਨੂੰ ਲੱਕੜਾਂ ਸਮਾਨ ਅਸੀਂ ਹੋ ਗਈ ਉੜ ਕੇ ਅਜੇ ਤਾਈ ਆਇਆ ਨੀ ਸੁਭਾਵਾਂ ਉੜ ਕੇ ਕੌਣ ਹੈ ਤੂੰ ਸ਼ੇਰ ਦਾ ਪ੍ਰਾਣੀ ਪਾਤ ਨੂੰ ਤੂੰ ਕਹਾਂ ਯਾਰ ਇੱਦਾਂ ਦੀ ਪੁਲੀਸ ਮਾਲ ਚੜਿਆ ਸਾਨੂੰ ਖਾਣ ਪੀਣ ਦਾ ਆਪਣੇ ਬ੍ਰਾਹਮਣ ਦੀ ਪੁਲੀ ਹੈ ਤੂੰ ਕਹਾਂ ਮੈਂ ਪੁਰਾਣੀਆਂ ਦੀਆਂ ਗੱਲਾਂ ਛੇੜਦਾ ਔਰ ਆ ਭਾਈ ਸੁਦਾਮਾ ਦਾ ਨਹੀਂ ਹੈ ਤੂੰ ਸੁਦਾਮਾ ਹਾਂ ਫਿਰ ਤੇਰੀ ਸਿੰਘ ਪਤਾ ਕਰੀ ਵਾਲਾ ਕਰੋ ਤੇਰੇ ਨਾਲ ਵਾਲਾ ਕੰਮ ਸੁਚਾ ਜਿਹਾ ਬਣਾਈ ਬੈਠੇ ਕੀ ਇੱਥੇ ਲਿਖਿਆ ਪਿਆ ਜਾ ਕੇ ਦੁਆਰ ਮਾਤਾ ਨੇ ਸੁਸ਼ੀਲਾ ਨੂੰ ਖਬਰ ਕੀਤੀ ਤੇਰਾ ਪਤੀ ਆ ਗਿਆ ਖੜਾ ਹੈ ਦੁਆਰ ਤੇ ਉਹ ਹੋਈ ਲਵਾ ਸਾਰਾ ਰੁਪਿਆ ਤੇ ਮਾਲਾ ਤੋਂ ਵੀ ਪਰਪੂਤਲੀ ਨਜਾਦੀ ਉਹਨੇ ਭਗਤੀ ਦੀ ਦਾਤ ਦਿੱਤੀ ਦੇਖਿਆ ਜਦੋਂ ਯਾਦ ਹੈ ਮੈਂ ਯਾਦ ਦੀ ਸਹਾਰੀ ਗੱਲ ਖਾਲਿਆ ਰਹਿਮਾ ਨੇ ਤੇਰੇ ਪਰਿਵਾਰ ਤੇ ਖੜਾ ਅੱਗੇ ਬਾਹਰ ਕੇ ਜਾ ਉਸਦੇ ਚੰਦ ਖੜ ਜਿੰਨੀ ਹੈ ਹੁਕਮ ਬੈਠੀ ਸਰਦੀਆਂ ਦੀ ਦਾਤ ਦਿੱਤੀ ਯਾਦ ਤੇਰਾ ਪਤੀ ਤੁਹਾਰੇ ਦੁਆਰੇ ਪਰ ਆ ਗਿਆ ਪਰ ਉਹਦੀ ਭਗਤੀ ਨੇ ਆਪਣੀ ਪੂਰੀ ਨਜਾਈ ਹੈ ਲੇਕਿਨ ਨਜਾਈ ਕਿਆ ਉਹਦੇ ਚੰਦ ਖੜ ਤਾਂ ਸੁਸ਼ੀਲਾ ਆ ਕੇ ਚੰਦ ਖੜਦੀ ਹੈ ਕਿ ਮਹਾਰਾਜ ਉਹ ਜਿਹੜੇ ਪਿਛਲੇ ਦਿਨ ਸੌ ਨਾ ਯਾਦ ਕਰੋ ਤੁਸੀਂ ਕਹਾਂ ਆ ਰਹੇ ਇਹ ਤੁਹਾਰੀ ਪ੍ਰੀ ਹੈ ਸ਼ਾਮ ਸੁੰਦਰ ਨੇ ਤੁਹਾਰੇ ਵਾਸਤੇ ਬਣਾਈ ਹੈ ਇੱਕ ਸੁਦਾਮਾ ਬਾਤ ਖੜਾ ਸੁਸ਼ੀਲਾ ਨੂੰ ਜਵਾਬ ਕਰਦੀ ਹੈ ਦੇਖਾ ਦਾ ਹਾਂ ਕੈਸੇ ਆਈ ਸੁਸ਼ੀਲਾ ਦਾਤ ਕੇ ਲਾਲ ਚਲੀ ਪਰਵਾਨਾ ਚਰਨ ਕਮਲ ਛੋੜੇ ਲਗੀ ਕਰਨੇ ਲੱਗੀ ਪਤਾ ਖੁਸ਼ੀਆਂ ਵਿੱਚ ਹੱਸਦੀ ਹੈ ਅਰਜਾਂ ਖੜ ਕਰੇ ਬਾਹਰ ਵਿੱਚ ਖੜ ਕੇ ਇਹ ਪੂਰੀ ਤੁਹਾਰੀ ਹੈ ਸਵਾਮੀ ਅੰਦਰ ਵੇਖ ਲੈ ਵੜ ਕੇ ਰੱਬ ਦੀ ਬਿਸ ਕਰਵਾ ਉੱਤੇ ਲਈ ਗੋਈ ਇਹ ਪੂਰੀ ਤੁਹਾਰੀ ਹੈ ਕਿਰਪਾ ਸ਼ਾਹ
उस करोना याद है बह के ते कुर्सी ते मेज ते शको खीर परेशान है ओ घर के वासी को हो तारी कर दिया प्यार रसोई ए पूरी दवाई है कृपा शाम सुंदर दी होई सब मिले बलाल से जी कर कर लावे तेर हलवाइया सेठा फिर बदल गईया बच्चे खाते हैं मठियाइया खा खा के खा रहा हूँ मैदा होगी बहुत नरोई ए पूरी तुम्हारी है कृपा शाम सुंदर भी होई सब बाग तुम्हारे हैं जिथे लगे संतरे केले सखियां सब खामन जी पर पर लिया ड्राइवर थेले ओ तरके लिया पुला नूए मालन जाती घर पर होई ए पूरी तुम्हारी है कृपा शाम सुंदर दी होई ओ यो सिवका कर दिए करिया बैठा चुप सुदामा मखनी ते किशरी नू पाके चटनी विच बदामा ओ किसे पदार्थ दी एते टोडर ही ना कोई ए पूरी तुम्हारी है कृपा शाम सुंदर भी होई इतना फिर कम ना है पिछले याद आन दिन मेरे क्यों पै गए सोचा में तुसी प्राण पति हो मेरे ऐने चिर मगरों हुण मैं नींद सुखा दी सोई मैं नींद सुखा दी सोई ए पूरी तुम्हारी है कृपा शाम सुंदर भी होई महाराज जान गयो परात छको हे भगवान दी शाम सुंदर दी कृपा है तेरे यार दी वाला नहीं कहन का सुदामा स्वर्ण दे पर्वत में चरण धोती है पर नहीं कहां लगा कहन का सुदामा हम शब्द दे चरण मेरे मंदिर उड़ारियां ना और किसे काम ने खाता होया सुबह का ते शाम में नष्ट हो गया करना नहीं पैदा करने चल गए ये तुआम ने सुबह का खाता शाम में नष्ट हो जाता करना नहीं पैदा करने चल गए ये तुआम ने मैं तो वो कोई कुछ मंगे नहीं तो आज का सर एक सुबह में ये कर शाम में ना जाना इसके जमे में होए ना इधर ना होगी बस तो यदि इधर ना का नाम भजन कराया जाता सुशीला मेरे चरण छड़ दे मैं भी इस नदी में वरना ऐसा संतोषी भाव सी ला हम वे उठती से गिरी है मेरे हसी होनी है गरीबी मैं गरीबी रहूं मैं इस नदी के वरना नहीं आया पड़ा जो आदमी हुकार बना ऐसा कौर पुरुष जग मानी पर्वता पाए जास मत लाई ऐसा कौर पुरुष है किसे माया रूपा की किसे गोलू बागी उन हुकार ना हो जाए ताहा शंकर भाई बसार सुवरी बड़े बड़ा है ਇਹਨਾਂ ਨਾਲ ਲੜ ਕੇ ਬਹੁਤ ਸੁੰਦਰ ਸਾਜੀ ਪ੍ਰੇਰਨਾ ਸੁਣਾਉਂਗੇ ਅਸੀਂ ਤਾਂ ਭਾਈ ਬਾਹਰ ਪਿੰਚੇ ਜੇ ਆਏ ਸੀ ਕਿਸੇ ਪਾਸੋਂ ਅਸੀਂ ਖਿਆਲ ਨਾ ਕਰਿਆ ਗਿਆਰਵੀਂ ਦਾ ਨੰਬਰ ਪਤਾ ਲਾਇਆ ਕਿ ਕਿਸੇ ਹੋਰ ਧੱਕੇ ਚੜ ਗਏ ਪਰ ਬਾਕੀ ਚਲੋ ਫਿਰ ਵੀ ਆਪਣਾ ਲੱਗ ਜਾ ਲੈ ਗਿਆ ਤਾਂ ਹਮ ਸੁਦਾਮਾ ਕਹਿੰਦਾ ਮੈਂ ਇਸ ਨਗਰੀ ਮਿਲ ਵੜਨਾ ਮੈਂ ਤਾਂ ਜਾਂਦਾ ਰੋਟੀ 'ਚ ਪਹੁੰਚਦਾ ਬਸ ਤੂੰ ਇਹ ਮੰਗੀ ਸੀ ਪਲੀਜ਼ ਤੂੰ ਰਹਿ ਆਹ ਮੇਰੀ ਬਾਤ ਆ ਤੂੰ ਮੈਂ ਤਾਂ ਭਗਵਾਨ ਦਾ ਭਗਤ ਕਰਨ ਵਾਸਤੇ ਜੰਗਲੀ ਮੈਂ ਜਾਊਂ ਆਈ ਸ਼ੰਕਰ ਫੜਕਾਰ ਦੇ ਕੇ ਸੁਦਾਮਾ ਸੀਤਾ ਨੂੰ ਜੰਗਲ ਵਿੱਚ ਤਪੱਸਿਆ ਕਰਨ ਵਾਸਤੇ ਚਲਿਆ ਜਾਂਦਾ ਦੇਖਾਂ ਦਾ ਲਾਭ ਕਰਮ ਕਰੇ ਜੇ ਕੋਈ ਸੁਖੀ ਕਰੇ ਤਬ ਸੁਖ ਬਣੇ ਦੁਖੀ ਕਰੇ ਦੁਖ ਕੋਈ ਰੰਗ ਮਾਰੂ ਨਾਗਰੀ ਜ਼ਹਿਰ ਪਰੀਵੀ ਰੰਗ ਮਾਰੂ ਨਾਗਰੀ ਜ਼ਹਿਰ ਪਰੀਵੀ ਦਸਦਾਰਾ ਨਾ ਦਿਲ ਮਿਲ ਕਰ ਮੇ ਨੀ ਮੈਂ ਗਜਾਨਾ ਰੋਹਿਤ ਬਜਨ ਦਾਰ ਮੇ ਮੈਂ ਗਜਾਨਾ ਰੋਹਿਤ ਬਜਨ ਦਾਰ ਮੇ ਕਰਦੀਆਂ ਔਖੀਆਂ ਮਠਿਆਈਆਂ ਖਾਦੀਆਂ ਕਰਦੀਆਂ ਔਖੀਆਂ ਮਠਿਆਈਆਂ ਖਾਦੀਆਂ ਮਾਇਆ ਦੇ ਨਸ਼ੇ ਚ ਕਰਦਾ ਆ ਪਾਦੀਆਂ ਕੱਟਕੇ ਸੁੱਖਾਂ ਨੂੰ ਪਿੱਛੋਂ ਮੁੱਖ ਮਾਰਦੇ ਕੱਟਕੇ ਸੁੱਖਾਂ ਨੂੰ ਪਿੱਛੋਂ ਮੁੱਖ ਮਾਰਦੇ ਨੀ ਮੈਂ ਰਜਾਨਾ ਰੋਗੀ ਚ ਬਜਨ ਕਰਦੇ ਮੈਂ ਰਜਾਨਾ ਰੋਗੀ ਚ ਬਜਨ ਕਰਦੇ ਕਹਿੰਦੀ ਤੀਰੀ ਸੀ ਕਦੋਂ ਨੀ ਪੂਤੀ ਨੂੰ ਤੂੰ ਤਾਂ ਫਿਰ ਉਹ ਕਰ ਲਿਆ ਕਸੂਤੀ ਨੂੰ ਤੈਨੇ ਵਿੱਦ ਵਿੱਦ ਵਿੱਦ
जवाब दे। वाहेगुरु जी का खालसा।